नवीन नवीन करें शुरू। अज चर्चा च साडे नाल मौजूद ने कांग्रेस तो नरेंद्र सिंह संधू जी, श्रोमणी अकाली दल तो गुरदीप सिंह गोशा जी, आम आदमी पार्टी तो देव मान जी और भारतीय जनता पार्टी तो एस एस चन्नी जी। तुहाडा सारिआं दा स्वागत है। अज दा खास मुद्दा माझा खेतर च वधी माझा खेतर च वधीआं सियासी सरगर्मियां। प्रताप सिंह वाजवा साबका प्रधान पंजाब प्रदेश कांग्रेस कमेटी और राज सभा मैंबर एक्टिव हो चुके ने। अनिल स्टार्ट कीजिए, आपके हेडफोन सही नहीं है मेरे। इस वे चर्चा जिहड़ी आप कर रहे हैं जो माझा खेतर सियासी गतिविधियां बढ़ियां ने। माझा खेतर एक अपने आप च एक अहमियत रखता पंजाब के पोलीटिकल सिनारियो च, क्योंकि इहदे विच असीं जे गल कर लीए कांग्रेस ले लीए चाहे अकाली दल ले लीए चाहे भारतीय जनता पार्टी ले लीए या आम आदमी पार्टी ले लीए, सारिया पार्टियां दे बहुत सारे दिग्गज इस खेतर चो निकले ने। इस वेले भी जिहड़ियां सियासी सरगर्मियां ने बहुत ज्यादा वध चुकियां ने, चाहे आपां माझे नाल संबंधित कांग्रेस के मिनिस्टरां की गल करिए, चाहे हुण प्रताप सिंह बाजवा जो एक्टिव होए ने उन्हां दी एक्टिवनेस दी गल करिए। सब तो पहला संधू साहब मैं तुहाडे कोल आना है, पंजाब कांग्रेस दे चार मंत्री जिन्हां ने कैप्टन अमरिंदर सिंह मुख्यमंत्री होरां दे खिलाफ आवाज जिहड़ी आ चुकी, उन्हां चों तीन मंत्री माझे नाल संबंधित और इस तों अलावा दो होर मंत्री भी माझे नाल संबंधित ने। एक राज कुमार वेरका जिन्हां कोल कैबिनेट रैंक है ਉਹ ਵੀ ਮਾਝੇ ਨਾਲ ਸੰਬੰਧਿਤ ਨੇ ਤੇ ਮਾਝਾ ਇਸ ਵੇਲੇ ਜਿਹੜਾ ਹੈ ਪੂਰੀ ਤਰ੍ਹਾਂ ਐਕਟਿਵ ਹੈ ਤੇ ਹੁਣ ਪ੍ਰਤਾਪ ਸਿੰਘ ਬਾਜਵਾ ਜੀ ਦੀ ਐਂਟਰੀ ਵੀ ਹੋਗੀ। ਸੰਧੂ ਸਾਹਿਬ ਜੀ ਦੇਖੋ, ਅਨਿਲ ਜੀ ਠੀਕ ਹੈ ਤੁਸੀਂ ਗੱਲ ਕਹੀ, ਮਾਝਾ ਜਿਹੜਾ ਵਾਕਈ ਕਿਉਂਕਿ ਸਟਾਰਟ ਜਿਹੜਾ ਪੰਜਾਬ ਦਾ ਔਰ ਸਾਡੇ ਇੰਡੀਆ ਦਾ ਉਹ ਮਾਝੇ ਤੋਂ ਸ਼ੁਰੂ ਹੁੰਦਾ ਹੈ ਔਰ ਮਾਝੇ ਦੀ ਰਾਜਨੀਤੀ ਸ਼ੁਰੂ ਤੋਂ ਹੀ ਸਿਆਸਤ ਦੇ ਵਿੱਚ ਹਾਵੀ ਰਹੀ ਹੈ। ਤੇ ਸੁਖਜਿੰਦਰ ਰੰਧਾਵਾ ਜੀ ਸਾਡੇ, ਤਿਰਤ ਬਾਜਵਾ ਜੀ ਆ, ਸੁਖ ਭਾਜੀ ਜਾਂ ਤੁਸੀਂ ਵੀਰਕਾ ਸਾਹਿਬ ਦੀ ਗੱਲ ਕੀਤੀ ਆ, ਪ੍ਰਤਾਪ ਸਿੰਘ ਬਾਜਵਾ, ਇਹ ਸਾਰੇ ਮਾਝੇ ਤੋਂ ਹੀ ਬਿਲੋਂਗ ਕਰਦੇ ਨੇ। ਅੱਜ ਆਪਾਂ ਗੱਲ ਕਰ ਰਹੇ ਹਾਂ, ਤੁਸੀਂ ਗੱਲ ਕੀਤੀ ਆ ਪ੍ਰਤਾਪ ਸਿੰਘ ਬਾਜਵਾ ਦੀ, ਉਹਨਾਂ ਨੇ ਸਪਸ਼ਟ ਕਿਹਾ ਵੀ ਮੈਂ ਹੁਣ ਜਿਹੜੀ ਸੈਂਟਰ ਦੀ ਰਾਜਨੀਤੀ ਛੱਡ ਕੇ ਤੇ ਜਿਹੜੀ ਪੰਜਾਬ ਦੀ ਰਾਜਨੀਤੀ ਵਿੱਚ ਸੇਵਾ ਕਰਨਾ ਚਾਹੁੰਦਾ। ਦੇਖੋ ਆਪਣਾ ਉਹਨਾਂ ਦਾ ਮੰਤਵ ਆ ਵੀ ਪੰਜਾਬ ਦੀ ਰਾਜਨੀਤੀ ਵਿੱਚ ਸੇਵਾ ਕਰਨਾ ਚਾਹੁੰਦੇ ਨੇ, ਉਹ ਉਹਨਾਂ ਨੇ ਆਪਣਾ ਆਖਿਆ ਵੀ ਮੈਂ ਇੱਥੋਂ ਗੁਰਦਾਸਪੁਰ ਦਾ ਨੇ ਵੀ ਇਲੈਕਸ਼ਨ ਲੜਾਂਗਾ। ਹਾਲੇ ਕੋਈ ਫਾਈਨਲ, ਹਾਲਾਂਕਿ ਕੋਈ ਲਾਡੀ ਲਿਸਟ ਨਹੀਂ ਆ, ਜਿਵੇਂ ਅਕਾਲੀ ਦਲ ਨੇ ਆਪਣੇ 64 ਜਿਹੜੇ ਕੈਂਡੀਡੇਟ ਨੇ ਲਿਸਟ ਜਾਰੀ ਕੀਤੀ, ਸਾਡੀ ਪੰਜਾਬ ਕਾਂਗਰਸ ਦੀ ਕੋਈ ਵੀ ਲਿਸਟ ਜਾਰੀ ਜਿਹੜੀ ਉਹ ਨਹੀਂ ਹੋਈ। ਅਨਅਫੀਸ਼ੀਅਲ ਕੋਈ ਵੀ ਆਪਣਾ ਬਿਆਨ ਦੇ ਸਕਦਾ, ਪਰ ਅਫੀਸ਼ੀਅਲ ਲਿਸਟ ਜਿਹੜੀ ਉਹ ਕੋਈ ਜਾਰੀ ਨਹੀਂ ਹੋਈ, ਉਹ ਉਹਨਾਂ ਦਾ ਆਪਣਾ ਬਿਆਨ ਹੋ ਸਕਦਾ। ਠੀਕ ਹੈ, ਉਹ ਆਪਣੇ ਵਰਕਰਾਂ ਨਾਲ ਮਿਲ ਰਹੇ ਨੇ, ਜੁੜ ਰਹੇ ਨੇ, ਆ ਰਹੇ ਨੇ, ਜਾ ਰਹੇ ਨੇ, ਇਹਦਾ ਮਤਲਬ ਇਹ ਨਹੀਂ ਵੀ ਉਹ ਆਪਣੇ ਉੱਥੇ ਇਲੈਕਸ਼ਨ ਲੜਨਗੇ ਜਾਂ ਨਹੀਂ ਲੜਨਗੇ, ਇਹ ਪਾਰਟੀ ਹਾਈਕਮਾਂਡ ਫੈਸਲਾ ਕਰੇਗੀ। ਸਤਸੋ ਸਵਾਲ ਇਹ ਨਹੀਂ ਕਿ ਉਹ ਲੜਨਗੇ ਜਾਂ ਨਹੀਂ ਲੜਨਗੇ, ਇੰਨੀ ਐਕਟਿਵਨੈਸ ਜਿਹੜੀ ਹੋ ਜਾਣੀ ਗੁਰਦਾਸ ਖਾਸ ਕਰਕੇ ਗੁਰਦਾਸਪੁਰ ਦੀ ਆਪਾਂ ਗੱਲ ਕਰ ਲਈਏ, ਗੁਰਦਾਸਪੁਰ ਦੇ ਵਿੱਚੋਂ ਤਿੰਨ ਮੰਤਰੀ ਨੇ, ਉੱਥੋਂ MLA ਵੀ ਨੇ ਕਾਂਗਰਸ ਦੇ, ਤੇ ਇਸ ਤੋਂ ਇਲਾਵਾ ਜਿਹੜੇ ਅਸ਼ਵਨੀ ਸੇਖੜੀ ਨੇ ਉਹ ਵੀ ਪਿਛਲੇ ਟਾਈਮ ਚ ਨਾਰਾਜ਼ਗੀ ਜ਼ਾਹਰ ਕਰ ਚੁੱਕੇ, ਬਾਅਦ ਚੋਂ ਐਡਜਸਟਮੈਂਟ ਹੋਈ, ਤੇ ਹੁਣ ਪ੍ਰਤਾਪ ਬਾਜਵਾ ਜੀ ਦਾ ਇੱਕਦਮ ਉੱਥੇ ਆ ਜਾਣਾ, ਐਕਟੀਵਿਟੀ ਜਿਹੜੀ ਆ ਕਾਂਗਰਸ ਦੀ ਕਾਫੀ ਜ਼ਿਆਦਾ ਵੱਧ ਜਾਣੀ। ਆਪਣਾ ਵਿਸ਼ਾ ਇਹ ਹੈ ਇਸ ਤੇ ਕਿ ਐਕਟੀਵਿਟੀ ਬਾਕੀ ਵੀ ਹੈ, ਮਾਲਵਾ ਵੀ ਹੈ, ਦੁਆਬਾ ਵੀ, ਬਟ ਇਸ ਵੇਲੇ ਐਕਟੀਵਿਟੀ ਜਿਹੜੀ ਹੈ ਉਹ ਮਾਝੇ ਚ ਜ਼ਿਆਦਾ ਦਿਖ ਰਹੀ ਹੈ ਕਾਂਗਰਸ। ਨਹੀਂ ਐਕਟੀਵਿਟੀ, ਅਨਿਲ ਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ, ਸਾਰੇ ਪੰਜਾਬ ਚ ਐਕਟੀਵਿਟੀ। ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਨੇ ਵੀ ਆਪਣੀ ਐਕਟੀਵਿਟੀ 100 ਦਿਨ ਜਿਹੜੀ ਯਾਤਰਾ ਸ਼ੁਰੂ ਕੀਤੀ ਸੀ। ਠੀਕ ਹੈ, ਕਿਸਾਨ ਅੰਦੋਲਨ ਕਰਕੇ ਵਿੱਚ ਨਹੀਂ ਕਰ ਸਕੇ, ਸਥਗਿਤ ਕਰਨੀ ਪਈ। ਸਾਰੇ ਬੰਨੇ, ਚਾਹੇ ਤੁਸੀਂ ਮਾਲਵੇ ਚਲ ਜਾਓ, ਤੁਸੀਂ ਦੁਆਬੇ ਚਲ ਜਾਓ, ਐਕਟਿਵਨੈਸ ਹੈਗੀ ਹੈ। ਠੀਕ ਹੈ, ਤੁਹਾਨੂੰ ਇੱਥੇ ਲੱਗ ਰਹੀ ਕਿਉਂਕਿ ਜਿਹੜੀ ਪ੍ਰੈਸ ਆ ਉਹਨੇ ਹਾਈਪ ਬਣਾਉਣੀ ਦੀ, ਉਹਨੇ ਚੁੱਕਣਾ ਦਾ, ਉਹਨਾਂ ਨੇ ਜਿਹੜੀ ਨਿਊਜ਼ ਹੁੰਦੀ ਆ, ਕਿਉਂਕਿ ਇਹ ਸਿਰਕੜ ਨੇਤਾ ਨੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਬਾਕੀ ਸਾਡੇ ਮੰਤਰੀ ਮਾਝੇ ਤੋਂ ਨੇ,
ਇਹਨਾਂ ਦੀ ਜਿਹੜੀ ਨਿਊਜ਼ ਆ ਉਹਨਾਂ ਨੂੰ ਥੋੜੀ ਹਾਈ ਬਣਾ ਕੇ ਪੇਸ਼ ਕਰਦੇ ਨੇ ਤਾਂ ਤੁਹਾਨੂੰ ਲੱਗ ਰਿਹਾ ਅਦਰਵਾਈਜ਼ ਅਸੀਂ ਕੋਈ ਮੈਂ ਵੀ ਮਾਝੇ ਤੋਂ ਬਿਲੋਂਗ ਕਰਦਾ ਅਸੀਂ ਕੋਈ ਅਸੀਂ ਹਲਚਲ ਨਹੀਂ ਹੈਗੀ ਠੀਕ ਹੈ ਨੋਰਮਲ ਗਤੀਵਿਧੀਆਂ ਇਲੈਕਸ਼ਨ ਨੂੰ ਕਿਉਂਕਿ ਥੋੜਾ ਚਿਰ ਰਹਿ ਗਿਆ ਸਾਰੀ ਪਾਰਟੀਆਂ ਨੇ ਆਪਣਾ ਜ਼ੋਰ ਲਾਉਣਾ ਪਰ ਕਿਸਾਨ ਮੁੱਦੇ ਕਰਕੇ ਜਿਹੜਾ ਸਾਰੀ ਪਾਰਟੀਆਂ ਥੋੜੀ ਸ਼ਾਂਤ ਬੈਠੀਆਂ ਨੇ ਅਦਰਵਾਈਜ਼ ਅਸੀਂ ਕੋਈ ਗੱਲ ਨਹੀਂ ਮੈਂ ਇਸ ਗੱਲ ਦੇ ਵਿੱਚ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹਾਂ ਠੀਕ ਹੈ ਸੰਤ ਸਾਹਿਬ ਗੋਸ਼ਾ ਜੀ ਗੁਰਦੀਪ ਜੀ ਐਕਟੀਵਿਟੀਜ਼ ਤਾਂ ਅਕਾਲੀ ਦਲ ਦੀਆਂ ਵੀ ਕਾਫੀ ਵਧੀਆ ਹੋਈਆਂ ਆਪਾਂ ਗੱਲ ਕਰ ਲਈਏ ਉੱਥੇ ਦੇ ਜਿਹੜੇ ਪਹਿਲਾਂ ਲੀਡਰ ਰਹੇ ਅਕਾਲੀ ਦਲ ਦੇ ਕਾਫੀ ਵੱਡੇ ਵੱਡੇ ਨਾਮ ਹੈ ਉਹਨਾਂ ਚੋਂ ਕੁਛ ਚਾਹੇ ਉਹ ਬ੍ਰਹਮਪੁਰਾ ਸਾਹਿਬ ਹੈ ਜਾਂ ਸੇਖਵਾਂ ਸਾਹਿਬ ਹੈ ਅੱਜ ਉਹ ਅਕਾਲੀ ਦਲ 'ਚ ਨਹੀਂ ਹੈ ਪਰ ਵੱਡੇ ਨਾਮ ਰਹੇ ਹੈ ਇਸ ਤੋਂ ਇਲਾਵਾ ਨਿਰਮਲ ਸਿੰਘ ਕਾਹਲੋਂ ਉਹ ਨਹੀਂ ਹੋ ਗਏ ਜਾਂ ਬਿਕਰਮ ਮਜੀਠੀਆ ਨੇ ਵਿਰਸਾ ਸਿੰਘ ਬਲਟੋਆ ਨੇ ਗੁਲਜ਼ਾਰ ਸਿੰਘ ਰਣੀਕੇ ਨੇ ਇਹ ਸਾਰੇ ਨੇ ਅਤੇ ਹੁਣ ਪਿੱਛੇ ਜਿਹੀ ਜਿਹੜੀ ਐਕਟੀਵਿਟੀ ਜਿਹੜੀ ਇੱਕ ਹੋਈ ਹੈ ਜਿਵੇਂ ਅਨਿਲ ਜੋਸ਼ੀ ਹੋਰੀ ਅਕਾਲੀ ਦਲ 'ਚ ਆਏ ਅਤੇ ਉਸ ਤੋਂ ਇਲਾਵਾ ਪਠਾਨਕੋਟ ਏਰੀਆ 'ਚੋਂ ਵੀ ਕੁਛ ਆਏ ਅਤੇ ਦੋ ਸੀਟਾਂ ਦੀ ਸਵੈਪਿੰਗ ਵੀ ਹੋਈ ਤੇ ਮਾਝੇ ਦੇ ਵਿੱਚ ਅਕਾਲੀ ਦਲ ਦੀ ਐਕਟੀਵਿਟੀ ਵੀ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਪਹਿਲਾਂ ਵੀ ਆਪਾਂ ਦੇਖੀਏ ਤਾਂ ਜਿਹੜਾ ਹੈ ਅਕਾਲੀ ਦਲ ਦੇ ਵਿੱਚ ਜਦੋਂ ਸਰਕਾਰ ਰਹੀ ਹੈ ਮੰਤਰੀ ਬਹੁਤ ਸਾਰੇ ਬਣਦੇ ਰਹੇ ਹੈ ਮਾਝੇ 'ਚੋਂ ਅਤੇ ਹੁਣ ਵੀ ਮਾਝਾ ਐਕਟਿਵ ਹੈ ਅਦੇਸ਼ ਪ੍ਰਤਾਪ ਕਹਿਰੋ ਉਹਨਾਂ ਦੀ ਟਿਕਟ ਵੀ ਜਿਹੜੀ ਆ ਉਹ ਕੱਲ੍ਹ ਅਨਾਊਂਸ ਹੋ ਗਈ ਹੈ ਵਿਰਸਾ ਸਿੰਘ ਬਟੋਹਾ ਉਹਨਾਂ ਦੀ ਹੋਈ ਹੈ ਰਣਕੇ ਸਾਹਿਬ ਦੀ ਹੋਈ ਹੈ ਮਜੀਠੀਆ ਸਾਹਿਬ ਤਾਂ ਆਲਰੇਡੀ ਐਕਟਿਵ ਹੈ ਹੀ ਹੈ ਅਤੇ ਗੁਸਾ ਸਾਹਿਬ ਤੁਹਾਡਾ ਰਿਮਾਰਕਸ ਪਹਿਲੀ ਗੱਲ ਤਾਂ ਇਹ ਆ ਵੀ ਇਹਨਾਂ ਨੇ ਗੱਲ ਕੀਤੀ ਹੈ ਕਾਂਗਰਸ ਵਾਲਿਆਂ ਨੇ ਤੇ ਪ੍ਰਤਾਪ ਸਿੰਘ ਬਾਜਵਾ ਜੀ ਦੀ ਐਕਟਿਵਨੈਸ ਦੇਖੋ ਇਹਨਾਂ ਦੀ ਲੜਾਈ ਜਿਹੜੀ ਕੁਰਸੀਆਂ ਦੀ ਲੜਾਈ ਹੈ ਕਿਉਂਕਿ ਜਦੋਂ ਨਵਜੋਤ ਸਿੰਘ ਸਿੱਧੂ ਜੀ ਮੈਦਾਨ ਦੇ ਵਿੱਚ ਆਏ ਤੇ ਕੈਪਟਨ ਸਾਹਿਬ ਨੂੰ ਆਪਣਾ ਖੇਮਾ ਤਿਆਰ ਕਰਨਾ ਸੀ ਬਾਜਵਾ ਸਾਹਿਬ ਤਾਂ ਪਹਿਲਾਂ ਹੀ ਖਿਲਾਫ ਬੋਲਦੇ ਰਹੇ ਕੈਪਟਨ ਸਾਹਿਬ ਦੇ ਜਦੋਂ ਜ਼ਰੂਰਤ ਪਈ ਆ ਹੁਣ ਸਿਰਫ ਪੋਲਿਟਿਕਸ ਕਿਹੜੀ ਕਰ ਰਿਹਾ ਪੋਲਿਟਿਕਸ ਇਹ ਵਾਲੀ ਕਰ ਰਿਹਾ ਜਿਹਦੇ ਨਾਲ ਆਪਣੇ ਤੱਕ ਆਪਣੀ ਪ੍ਰਾਪਤੀ ਹੋ ਜਾਵੇ ਉਸ ਪ੍ਰਾਪਤੀ ਲਈ ਉਹਨਾਂ ਨੇ ਕੈਪਟਨ ਸਾਹਿਬ ਨੇ ਬਾਜਵਾ ਸਾਹਿਬ ਨਾਲ ਸੈਟਿੰਗ ਕਰਕੇ ਉਹਨਾਂ ਨੂੰ ਐਕਟਿਵ ਕਰਤਾ ਪਹਿਲਾਂ ਤਾਂ ਇੱਕ ਦੂਜੇ ਨਾਲ ਲੜਦੇ ਰਹੇ ਉਹ ਐਕਟਿਵ ਇਸੇ ਕਰਕੇ ਕੀਤਾ ਵੀ ਨਵਜੋਤ ਸਿੰਘ ਸਿੱਧੂ ਕਿਤੇ ਹਾਵੀ ਨਾ ਜਾਵੇ ਪਰ ਮੈਂ ਦੱਸਣਾ ਚਾਹੁੰਦਾ ਦੇਖੋ ਗੋਸ਼ਾ ਜੀ ਨਹੀਂ ਉਹਨਾਂ ਦੀ ਸਾਊਂਡ ਨਹੀਂ ਆ ਰਹੀ ਅਨਿਲ ਜੀ ਬਿਲਕੁਲ ਸਟਿਲ ਹੈ ਸਾਊਂਡ ਵੀ ਚੰਨੀ ਸਾਹਿਬ ਦੀ ਆਵਾਜ਼ ਆ ਰਹੀ ਹੈ ਬੀਜੇਪੀ ਤੋਂ ਆਪਾਂ ਗੁਰਦਾਸਪੁਰ ਦੀ ਲੋਕ ਸਭਾ ਸੀਟ ਦੀ ਗੱਲ ਕਰ ਲਈਏ ਵਿਨੋਦ ਖੰਨਾ ਪਹਿਲਾਂ ਰਹੇ ਹੁਣ ਸੰਨੀ ਦਿਓਲ ਨੇ ਤੇ ਇਸ ਤੋਂ ਇਲਾਵਾ ਵੀ ਪਹਿਲਾਂ ਜਿਹੜੀਆਂ ਸਰਕਾਰਾਂ ਰਹੀਆਂ ਉਹਨਾਂ 'ਚ ਆਪਾਂ ਜੇ ਦੇਖੀਏ ਜਦੋਂ ਬੀਜੇਪੀ ਅਕਾਲੀ ਦਲ ਦੇ ਨਾਲ ਮਿਲ ਕੇ ਲੜਦੀ ਰਹੀ ਹੈ ਉਸ ਵੇਲੇ ਵੀ 8 ਤੋਂ 9 ਸੀਟਾਂ ਜਿਹੜੀਆਂ ਹੈ ਅੰਮ੍ਰਿਤਸਰ ਔਰ ਜੇ ਪੁਰਾਣਾ ਗੁਰਦਾਸਪੁਰ ਜਿਹੜੀ ਆਪਾਂ ਗੱਲ ਕਰੀਏ ਜਦੋਂ ਪਠਾਨਕੋਟ ਵੀ ਵਿੱਚ ਹੁੰਦਾ ਸੀ ਤੇ ਕਰੀਬ 9 ਦੇ ਕਰੀਬ ਸੀਟਾਂ ਜਿਹੜੀਆਂ ਹੈ ਬੀਜੇਪੀ ਇੱਥੋਂ ਲੜਦੀ ਰਹੀ ਹੈ ਇੱਥੋਂ ਮੰਤਰੀ ਵੀ ਰਹੇ ਔਰ ਮੋਰ ਓਵਰ ਗੱਲ ਇੱਥੇ ਹੈ ਕਿ ਜਿਹੜੀਆਂ ਲੋਕ ਸਭਾ ਦੀਆਂ 3 ਸੀਟਾਂ ਬੀਜੇਪੀ ਲੜਦੀ ਰਹੀ ਅੱਜ ਤੱਕ ਪੰਜਾਬ ਦੀਆਂ ਉਹਨਾਂ 'ਚੋਂ 2 ਸੀਟਾਂ ਮਾਝੇ ਦੀਆਂ ਜੋ ਗੁਰਦਾਸਪੁਰ ਔਰ ਅੰਮ੍ਰਿਤਸਰ ਇੱਥੋਂ ਬੀਜੇਪੀ ਲੜਦੀ ਰਹੀ ਹੈ ਹੁਣ ਵੀ ਬੀਜੇਪੀ ਦੇ ਵਿੱਚ ਅਜੇ ਐਕਟੀਵਿਟੀ ਨੇ ਮੰਤਰੀ ਵੀ ਕਈ ਇੱਥੋਂ ਦੇ ਰਹੇ ਨੇ ਐਕਟੀਵਿਟੀਜ਼ ਮਾਝੇ ਦਾ ਹਾਲਾਂਕਿ ਬਾਕੀ ਖੇਤਰਾਂ 'ਚ ਵੀ ਹੈ ਬਟ ਮਾਝੇ ਦੇ ਵਿੱਚ ਕੁਛ ਐਕਟੀਵਿਟੀ ਜ਼ਿਆਦਾ ਦਿਖ ਰਹੀ ਹੈ ਪਰ ਪਲੱਸ ਕਿਉਂਕਿ ਹੁਣ ਪਾਰਟੀ ਵੱਖਰੇ ਤੌਰ 'ਤੇ ਲੜ ਰਹੀ ਹੈ ਆਪਣੇ ਲੈਵਲ 'ਤੇ ਲੜ ਰਹੀ 117 ਸੀਟਾਂ ਲੜ ਰਹੀ ਹੈ ਤੇ ਕੁਛ ਐਕਟੀਵਿਟੀਜ਼ ਵੀ ਵਧੀਆ ਮਾਝੇ ਦੇ ਵਿੱਚ ਕੀ ਮੰਨ ਰਹੀ ਹੋ ਜੀ ਕਿਸ ਪੋਜੀਸ਼ਨ ਤੇ ਇਸ ਟਾਈਮ ਬੀਜੇਪੀ ਪਹੁੰਚੀ ਕਿਉਂਕਿ ਇੱਕ ਤਰੀਕੇ ਦੇ ਨਾਲ ਪਠਾਨਕੋਟ ਦਾ ਏਰੀਆ ਔਰ ਅੰਮ੍ਰਿਤਸਰ ਦਾ ਏਰੀਆ ਇਹਨਾਂ ਨੂੰ ਗੜ੍ਹ ਮੰਨਿਆ ਜਾਂਦਾ ਹੈ ਚੰਨੀ ਸਾਹਿਬ ਜੀ ਮਾਲਵੇ ਤੋਂ ਬਾਅਦ ਜਿਹੜਾ ਮੋਸਟ ਇੰਪੋਰਟੈਂਟ ਏਰੀਆ ਹੈਗਾ ਪੰਜਾਬ ਦਾ ਪੰਜਾਬ ਦੀ
ਪੋਲਿਟਿਕਸ ਵਾਸਤੇ ਉਹ ਮਾਝਾ ਹੀ ਮੰਨਿਆ ਜਾਂਦਾ। ਔਰ ਮਾਝੇ ਦੇ ਵਿੱਚੋਂ ਜਿਸ ਤਰ੍ਹਾਂ ਤੁਸੀਂ ਸਾਰੀਆਂ ਪਾਰਟੀਆਂ ਦਾ ਜ਼ਿਕਰ ਕੀਤਾ ਹੈ ਕਿ ਬੜੇ ਦਿੱਗਜ ਜਿਹੜੇ ਲੀਡਰ ਔਰ ਮੰਤਰੀ ਸਾਹਿਬਾਨ ਆਏ ਨੇ ਹੈਗੇ ਨੇ, ਔਰ ਉਹ ਆਪਣੀ ਆਪਣੀ ਉਹਨਾਂ ਦੀ ਲੋਕ ਜਿਹੜੀ ਪ੍ਰੇਰਤਾ ਹੈਗੀ ਆ ਉਹ ਵੀ ਉਹਨਾਂ ਦੀ ਕਾਇਮ ਹੈ। ਦੇਖੋ ਉਹ ਤਾਂ ਸਾਰੀਆਂ ਪਾਰਟੀਆਂ ਦਾ ਹੱਕ ਹੈ, ਔਰ ਉਹਨਾਂ ਹਰੇਕ ਪਾਰਟੀ ਨੇ ਆਪਣਾ ਆਪਣਾ ਨੁਮਾਇੰਦੇ ਉਹਨਾਂ ਨੇ ਦੱਸਣੇ ਵੀ ਨੇ, ਉਹਨਾਂ ਨੇ ਇਲੈਕਸ਼ਨ ਵੀ ਲੜਨੀ ਹੈ। ਪਰ ਜਿੱਥੋਂ ਤੱਕ ਜਿਹੜੀ ਤੁਸੀਂ ਗੱਲ ਮੇਨ ਕਰ ਰਹੇ ਹੈਗੇ ਆ ਉਹਦੇ ਬਾਰੇ ਮੈਂ ਸੰਧੂ ਸਾਹਿਬ ਨੂੰ ਵੀ ਸੁਣ ਰਿਹਾ ਸੀਗਾ, ਮਤਲਬ ਠੀਕ ਹੈ ਅਜੇ ਲਿਸਟ ਲੁਸਟ ਤਾਂ ਨਹੀਂ ਆਈ, ਪਰ ਜਿਹੜੀ ਤਿਆਰੀ ਹੈਗੀ ਹੈ ਉਹ ਖਾਸ ਕਰਕੇ ਬਟਾਲਾ ਜਿਹੜਾ ਹੈਗਾ ਉੱਥੋਂ ਇਸ ਵੇਲੇ ਮੇਰਾ ਖਿਆਲ ਤ੍ਰਿਪਤ ਜੀ ਹੈਗੇ ਨੇ ਅਤੇ ਅਸ਼ਵਨੀ ਸ਼ੇਖ ਜੀ ਦਾ ਪਹਿਲਾਂ ਹੀ ਉਹਨਾਂ ਨਾਲ ਕਾਫੀ ਰੌਲਾ ਚੱਲ ਰਿਹਾ ਸੀਗਾ ਜਿਸ ਕਰਕੇ ਉਹਨਾਂ ਦੀ ਐਡਜਸਟਮੈਂਟ ਕਰਨੀ ਪਈ, ਅਤੇ ਹੁਣ ਪ੍ਰਤਾਪ ਜੀ ਕਹਿ ਰਹੇ ਨੇ ਕਿ ਮੈਂ ਮਤਲਬ ਉਹਨਾਂ ਨੇ ਕੋਈ ਲੁਕੀ ਛੁਪੀ ਗੱਲ ਨਹੀਂ ਹੈਗੀ, ਮੈਂ ਤਾਂ ਕਿਸੇ ਵੇਲੇ ਡਿਪਟੀ ਕਮਿਸ਼ਨਰ ਵੀ ਰਿਹਾ ਉੱਥੇ ਗੁਰਦਾਸਪੁਰ ਦਾ, ਉਹਨਾਂ ਦਾ ਏਰੀਆ ਐਗਜੈਕਟਲੀ ਤਾਂ ਕਰਦੀਆਂ ਪੈਂਦਾ, ਪਰ ਅਦਰਵਾਈਜ਼ ਜਿਹੜਾ ਹੈਗਾ ਉਹ ਇੱਥੇ ਉਹਨਾਂ ਦੀ ਜਿਹੜੀ ਹਲਚਲ ਹੈਗੀ ਹੈ ਉਹ ਵੀ ਹੈਗੀ ਆ। ਔਰ ਉਹਦੇ ਨਾਲ ਨਾਲ ਜਿਹੜੀ ਬਟਾਲੇ ਨੂੰ ਜ਼ਿਲ੍ਹਾ ਬਣਾਉਣ ਦੀ ਗੱਲ ਸੀਗੀ ਔਰ ਜਿਹਦਾ ਕ੍ਰੈਡਿਟ ਤ੍ਰਿਪਤ ਜੀ ਔਰ ਰਜਿੰਦਰ ਰੰਧਾਵਾ ਲੈਣਾ ਚਾਹੁੰਦੇ ਸੀਗੇ, ਉਹ ਕ੍ਰੈਡਿਟ ਵੀ ਸੀਐਮ ਸਾਹਿਬ ਨੇ ਉਹਨਾਂ ਤੋਂ ਲੈ ਕੇ ਪ੍ਰਤਾਪ ਜੀ ਨੂੰ ਦੇਣ ਦੀ ਕੋਸ਼ਿਸ਼ ਕਰ ਦਿੱਤੀ ਹੈਗੀ ਹੈ ਕਿ ਮਸਲਾ ਤਾਂ ਆਲਰੇਡੀ ਮੇਰੀ ਨੌਲੇਜ ਸੀਗਾ ਔਰ ਪ੍ਰਤਾਪ ਜੀ ਨੇ ਮੇਰੇ ਨਾਲ ਅਗਸਤ ਦੇ ਵਿੱਚ ਹੀ ਗੱਲ ਕਰ ਲਈ ਸੀਗੀ, ਅਤੇ ਹਾਲਾਂ ਉਸ ਚੱਕਰ ਦੇ ਵਿੱਚ ਤ੍ਰਿਪਤ ਜੀ ਨੂੰ ਅਤੇ ਸੁਖਜਿੰਦਰ ਰੰਧਾਵਾ ਜੀ ਨੂੰ ਚੀਫ ਮਿਨਿਸਟਰ ਨੂੰ ਮਿਲਣ ਵਾਸਤੇ ਫੋਰਮਲ ਲੈਟਰ ਲਿਖਣਾ ਪਿਆ ਕਿ ਉੱਦਾਂ ਤਾਂ ਸ਼ਾਇਦ ਤੁਸੀਂ ਮਿਲਦੇ ਨਹੀਂ ਅਤੇ ਸਾਨੂੰ ਸਮਾਂ ਦਿੱਤਾ ਜਾਵੇ ਅਸੀਂ ਗੱਲ ਕਰਨੀ ਹੈ। ਸੋ ਇਹ ਬੜੀ ਜਿਹੜੀ ਖਿੱਚੋਤਾਣ ਹੈਗੀ ਹੈ, ਮੇ ਬੀ ਇਟਸ ਗੁੱਡ ਫਾਰ ਦੀ ਅਦਰ ਪੋਲੀਟੀਕਲ ਪਾਰਟੀਜ਼, ਪਰ ਕਾਂਗਰਸ ਵਾਸਤੇ ਕੋਈ ਡਿਸਿਪਲਿਨ ਵਾਲੀ ਗੱਲ ਜਾਂ ਇੱਕ ਲੀਡਰ ਨੂੰ ਲੀਡਰ ਮੰਨਣ ਵਾਲੀ ਗੱਲ, ਇੱਕ ਜਿਹੜਾ ਜਿਵੇਂ ਕੈਬਨਿਟ ਹੁੰਦੀ ਹੈ ਉਹਦਾ ਜਿਹੜਾ ਹੈੱਡ ਹੁੰਦਾ ਹੈ ਆਨਰੇਬਲ ਚੀਫ ਮਿਨਿਸਟਰ, ਉਹਦੀ ਲੀਡਰਸ਼ਿਪ ਨੂੰ ਕੁਐਸਚਨ ਕਰਨਾ ਔਰ ਨੋਨ ਪਰਫੋਰਮੈਂਸ ਔਰ ਡਿਫਰੈਂਟ ਨੁਕਾਤੀ ਪ੍ਰੋਗਰਾਮ 18 ਹਾਈਕਮਾਂਡ ਤੋਂ, 5 ਦੈਜ ਤੋਂ, ਫਿਰ ਹੋਰ ਜਿਹੜੇ ਬਾਕੀ ਦਿੱਤੇ ਹੈਗੇ ਨੇ, ਫਿਰ ਇੱਕ ਦੋ ਤੇ ਆ ਗਏ, ਅਤੇ ਉਹਨਾਂ ਦੀ ਜਿਹੜੀ ਪੂਰਤੀ ਹੈ ਉਹਦੇ ਵੱਲੀ ਧਿਆਨ ਦੇਣ ਦੀ ਜਗ੍ਹਾ ਜਾਂ ਜਿਹੜਾ ਇਹਨਾਂ ਦਾ 2017 ਦਾ ਮੈਨੀਫੈਸਟੋ ਸੀਗਾ ਉਹਦੇ ਵੱਲੀ ਧਿਆਨ ਨਾ ਦੇਣ ਦੀ ਵਜ੍ਹਾ, ਅਤੇ ਉਹ ਮਸਲੇ ਹੱਲ ਕਰਨ ਦੀ ਬਜਾਏ ਇਹ ਨਵੇਂ ਨਵੇਂ ਜਿਹੜੇ ਮਸਲੇ ਇਹਦੇ ਦੀ ਪਾਰਟੀ ਸਾਰਟ ਆਊਟ ਹੋਣੇ ਚਾਹੀਦੇ ਨੇ, ਇਹ ਜੱਗ ਜਾਹਰ ਜਾਂ ਬਾਹਰ ਨਹੀਂ ਆਉਣੇ ਚਾਹੀਦੇ। ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਲੋਕ ਨੇ ਪੰਜਾਬ ਦੇ ਉਹਨਾਂ ਦਾ ਟਾਈਮ ਅਤੇ ਲੋਕਾਂ ਦੀਆਂ ਇਛਾਵਾਂ ਅਤੇ ਲੋਕਾਂ ਦੇ ਵਾਅਦਿਆਂ ਦੀ ਜਿਹੜੀ ਪ੍ਰਤੀਪੂਰਤੀ ਹੈਗੀ ਆ ਉਹ ਡੈਫੀਨੇਟਲੀ ਸਫ਼ਰ ਕਰਦੀ ਆ, ਔਰ ਇਸ ਵਾਰੀ ਤਾਂ ਬਹੁਤ ਹੱਦ ਤੱਕ ਕੀਤੀ ਹੈ। ਹੁਣ ਵੀ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਉਹ ਇੱਕ ਐਮਰਜੈਂਟ ਮੈਜਰ ਦੇ ਤੌਰ 'ਤੇ ਹੋ ਰਹੀਆਂ ਨੇ, ਔਰ ਉਹ ਇਹਨਾਂ ਨੂੰ ਭਲੀ ਭਾਂਤ ਪਤਾ ਹੈ ਕਿ ਅਸੀਂ ਜਿਹੜਾ ਡੈਫੀਨੇਟ ਹੈਗਾ ਉਹ ਵਧਾ ਕੇ ਜਾਵਾਂਗੇ, ਜੋ ਮਰਜ਼ੀ ਦੇ ਦੇਣ। ਹੁਣ ਤਾਂ ਜਿਹੜੀ ਲਾਇਬਿਲਿਟੀ ਬਣਨੀ ਹੈ ਉਹ ਆਉਣ ਵਾਲੀ ਸਰਕਾਰ ਦੀ ਲਾਇਬਿਲਿਟੀ ਬਣਨੀ ਹੈ, ਇਹਦਾ ਰੱਜ ਕੇ ਦੇ ਸਕਦੇ ਨੇ, ਦਿੱਤਾ ਵੀ ਜਾ ਸਕਦਾ ਹੈ ਕਿਉਂਕਿ ਅਨਾਊਂਸ ਕਰਨੀਆਂ ਨੇ, ਥੋੜ੍ਹੀ ਬਹੁਤੀ ਲਾਇਬਿਲਿਟੀ ਵਧੂਗੀ ਤਾਂ ਉਹ ਤੁਸੀਂ ਓਵਰ ਜਿਹੜਾ ਓਵਰ ਡਰਾਫਟਿੰਗ ਕਰਕੇ ਉਹਦੇ 'ਚ ਹੋ ਜਾਏਗਾ। ਸੋ ਇਸ ਕਰਕੇ ਕੋਈ ਇਸ ਵਾਰ ਜਿਹੜਾ ਗਵਰਨੈਂਸ ਨਾਂ ਦੀ ਜਿਹੜੀ ਚੀਜ਼ ਸੀਗੀ ਉਹ ਪਹਿਲਾਂ ਹੀ ਮਿਸਿੰਗ ਸੀਗੀ, ਫਿਰ ਕੋਵਿਡ ਨੇ ਮਿਸ ਕਰਤੀ, ਫਿਰ ਇਨਐਕਸੈਸਿਬਿਲਿਟੀ ਨੇ ਮਿਸ ਕਰਤੀ, ਹੁਣ ਰਹਿੰਦੀ ਖੁੰਹਦੀ ਜਿਹੜੀ ਹੈਗੀ ਹੈ ਕੰਪਲੀਟ ਡਿਵੀਜ਼ਨ ਆਫ ਦੀ ਇਨ ਦੀ ਪਾਰਟੀ, ਔਰ ਹਾਈਕਮਾਂਡ ਦਾ ਵੀ ਜਿਹੜਾ ਹੈਗਾ ਕੋਈ ਖਾਸ ਚਾਰਾ ਨਹੀਂ ਚੱਲ ਰਿਹਾ ਕਿਸੇ ਤਰ੍ਹਾਂ ਦਾ, ਔਰ ਜਿਹੜੀ ਫਾਰਮਲ ਡਿਵੀਜ਼ਨ ਹੈਗੀ ਆ ਪਾਰਟੀ ਦੇ ਵਿੱਚ ਖਾਸ ਕਰਕੇ ਕੈਬਨਿਟ ਦੇ ਵਿੱਚ, ਫਿਰ ਆਪਣੇ ਆਪਣੇ ਜਿਸ ਤਰ੍ਹਾਂ ਦੱਸ ਰਹੇ ਸੀ ਗੋਸ਼ਾ ਜੀ ਵੀ, ਇਹ ਆਪਦਾ ਖੇਮਾ ਜਿਹੜਾ ਹੈਗਾ ਉਹ ਤਿਆਰ ਕੀਤਾ ਜਾ ਰਿਹਾ, ਦੂਜੇ ਖੇਮੇ ਨੂੰ ਢਾਲ ਲਈ ਜਾ ਰਹੀ ਹੈ। ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਪਾਰਟੀ ਵਾਸਤੇ ਚਲੋ ਜਿਵੇਂ ਮਰਜ਼ੀ ਰਹਿਣ, ਉਹਦਾ ਸਾਡਾ ਕੋਈ ਲਿੰਕ ਨਹੀਂ ਹੈ, ਪਰ ਉਹ ਪੰਜਾਬ ਦੇ ਲੋਕਾਂ ਵਾਸਤੇ, ਕਿਉਂਕਿ ਸਾਰੇ ਜਿਹੜੇ MLA ਸਾਹਿਬਾਨ ਜਾਂ ਮਿਨਿਸਟਰ ਸਾਹਿਬਾਨ ਨੇ ਉਹ ਲੋਕਾਂ ਦੇ ਪ੍ਰਤੀਨਿਧ ਨੇ, ਔਰ ਹਰੇਕ ਕੰਸਟੀਚੁਐਂਸੀ ਦੇ ਵਿੱਚੋਂ ਲੱਖਾਂ ਵੋਟਰ ਜਿਹੜੇ ਹੈਗੇ ਉਹਨਾਂ ਨੂੰ ਇਲੈਕਟ ਕਰਕੇ ਭੇਜਦੇ ਨੇ, ਉਹਨਾਂ ਦੀਆਂ ਬੜੀਆਂ ਇਛਾਵਾਂ ਹੁੰਦੀਆਂ ਨੇ, ਉਹਨਾਂ ਦੀਆਂ ਬੜੀਆਂ ਉਮੀਦਾਂ ਹੁੰਦੀਆਂ ਨੇ ਸਰਕਾਰ ਦੇ ਪ੍ਰਤੀ। ਸੋ ਮੈਂ ਬਹੁਤ ਲੰਬਾ ਚੌੜਾ ਮੈਂ ਕਹਿ ਸਕਦਾ ਬੜਾ ਕੁਛ, ਪਰ ਮੈਂ ਇਹ ਕਹਿਣਾ ਚਾਹੂੰਗਾ। ਦੁਬਾਰਾ ਆਪਾਂ ਫਿਰ ਦੁਬਾਰਾ ਆਉਂਦੇ ਹਾਂ, ਦੁਬਾਰਾ ਗੱਲ ਕਰ ਲੈਂਦੇ ਹਾਂ ਸੰਧੂ ਸਾਹਿਬ। ਇਸ ਤੋਂ ਪਹਿਲਾਂ ਤੁਹਾਡੇ ਕੋਲ ਆਵਾਂ, ਸਾਡੇ ਨਾਲ ਦੇਵ ਮਾਨ ਜੀ ਜੁੜ ਚੁੱਕੇ ਆ ਆਮ ਆਦਮੀ ਪਾਰਟੀ ਤੋਂ। ਮਾਨ ਸਾਹਿਬ, ਆਮ ਆਦਮੀ ਪਾਰਟੀ ਜੀ ਆਪਾਂ ਗੱਲ ਕਰ ਲਈਏ,
ਤੁਹਾਡੇ ਦੋ ਸਾਬਕਾ ਪ੍ਰਧਾਨ ਕਨਵੀਨਰ ਉਸ ਟਾਈਮ ਹੁੰਦੇ ਸੀ ਉਹ ਮਾਝੇ ਚੋਂ ਰਹੇ, ਖਾਸ ਕਰਕੇ ਗੁਰਦਾਸਪੁਰ ਡਿਸਟ੍ਰਿਕਟ ਚੋਂ। ਹੁਣ ਵੀ ਜਦੋਂ ਪਿੱਛੇ ਜਿਹੜੀ ਆਪਾਂ ਗੱਲ ਕਰ ਲਈਏ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਜਦੋਂ ਜੁਆਇਨ ਕੀਤੀ ਆਮ ਆਦਮੀ ਪਾਰਟੀ, ਤੁਹਾਡੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਅੰਮ੍ਰਿਤਸਰ ਆਏ, ਪਿਛਲੇ ਦਿਨੀ ਸੇਵਾ ਸਿੰਘ ਸੇਖਵਾ ਹੋਰਾਂ ਨੂੰ ਜੁਆਇਨ ਕਰਵਾਉਣ ਵਾਸਤੇ ਗੁਰਦਾਸਪੁਰ ਡਿਸਟ੍ਰਿਕਟ ਚ ਆਏ। ਪਿਛਲੀ 2017 ਦੀਆਂ ਚੋਣਾਂ ਚ ਮਾਝੇ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਕੋਈ ਸੀਟ ਨਹੀਂ ਸੀ ਮਿਲੀ। ਇਹ ਜੋ ਕਵਾਇਦ ਹੈ ਮਾਝੇ ਚ ਸਟਰੋਂਗ ਕਰਨ ਦੀ, ਮਾਝੇ ਚ ਐਕਟੀਵਿਟੀ ਵਧਾਉਣ ਦੀ, ਮਾਨ ਸਾਹਿਬ? ਬਿਲਕੁਲ ਜੀ ਬਿਲਕੁਲ, ਆਮ ਆਦਮੀ ਪਾਰਟੀ ਮਾਲਵਾ, ਮਾਝਾ, ਦੁਆਬਾ ਤਿੰਨੇ ਜਿਹੜੇ ਪੰਜਾਬ ਦੇ ਹਿੱਸੇ ਨੇ ਉਹਦੇ ਵਿੱਚ ਲਗਾਤਾਰ ਆਪਣੀ ਸਰਗਰਮੀ ਜਿਹੜੀ ਆ ਵਧਾ ਰਹੀ ਹੈ, ਔਰ ਸਾਨੂੰ ਖੁਸ਼ੀ ਇਸ ਗੱਲ ਦੀ ਕਿ ਸਾਡਾ ਪਰਿਵਾਰ ਜਿਹੜਾ ਲਗਾਤਾਰ ਵੱਧ ਰਿਹਾ। ਅੱਜ ਦੀ ਜਿਹੜੀ ਡਿਬੇਟ ਹੈ ਉਹਦਾ ਜਿਹੜਾ ਇਸ਼ੂ ਰੱਖਿਆ ਜੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਸਰਗਰਮੀ ਜਿਹੜੀ ਹੈ ਤੇ ਉਹਦੇ ਉੱਪਰ ਚੱਲ ਰਿਹਾ। ਮੈਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਵਿੱਚ ਨਵਾਂਪਣ ਕੀ ਹੈ ਜੀ, ਇਹ ਤਾਂ ਚੱਲੇ ਹੋਏ ਕਾਰਤੂਸ ਨੇ ਜੀ। ਜਦੋਂ ਇਹ ਪ੍ਰਧਾਨ ਹੁੰਦੇ ਸੀ ਉਦੋਂ ਇਹਨਾਂ ਤੋਂ ਕੁਛ ਨਹੀਂ ਹੋਇਆ, ਪਰ ਹੁਣ 4.5 ਸਾਲ ਤੋਂ ਸਰਕਾਰ ਦੇ ਵਿੱਚ ਚੁੱਪ ਬੈਠੇ ਸੀ। ਰੋਜ਼ ਕੈਪਟਨ ਅਮਰਿੰਦਰ ਸਿੰਘ ਨੂੰ ਕਦੇ ਕੋਈ ਚਿੱਠੀ ਲਿਖਦੇ ਸੀ ਜੀ ਫਲਾਣਾ ਨੀ ਜੀ ਕੰਮ ਹੋਇਆ, ਇਹ ਫਲਾਣਾ ਨੀ ਜੀ ਹੋਇਆ, ਇਹ ਧਮਕਾਣਾ ਨੀ ਜੀ, ਆਹ ਨੀ ਹੋਇਆ। ਪਰ ਮੈਨੂੰ ਯਾਦ ਆ 2017 ਦੀ ਇਲੈਕਸ਼ਨ ਦੇ ਵਿੱਚ ਬਾਜਵਾ ਸਾਹਿਬ ਇਹ ਸ਼ਰੇਆਮ ਗੱਲ ਕਹਿੰਦੇ ਸਟੇਜ ਤੇ, ਸਾਰੇ ਯੂਟਿਊਬ ਤੇ ਸਾਰੇ ਕਿਤੇ ਪਈ ਹੈ ਕਿ ਜਿੱਦਣ ਸਾਡੀ ਸਰਕਾਰ ਬਣ ਗਈ ਵਿਕਰਮ ਸਿੰਘ ਮਜੀਠੀਆ, ਆਹ ਸੁਖਬੀਰ ਬਾਦਲਿਆਂ ਦਾ ਲੁੱਟੂ ਟੋਲਾ ਜਿਨ੍ਹਾਂ ਨੇ ਪੰਜਾਬ ਨੂੰ ਨਸ਼ੇ ਤੇ ਲਾਇਆ, ਜਿਨ੍ਹਾਂ ਨੇ ਪੰਜਾਬ ਨਾਲ ਧੋਖਾ ਕੀਤਾ, ਗਲਤ ਰੱਸੇ ਪਾ ਕੇ ਚੌਂਕ ਚ ਟੰਗ ਦਿਆਂਗੇ, ਇਹ ਸਾਰੇ ਪੰਜਾਬ ਨੇ ਸੁਣਿਆ ਜੀ। ਪਰ ਹੁਣ ਜਦੋਂ ਦੇਖਿਆ ਵੀ ਹੁਣ ਅੰਦਰ ਲਾਲਸਾ ਪੈਦਾ ਹੋ ਗਈ ਕਿ ਮੈਂ ਇਲੈਕਸ਼ਨ ਲੜਨੀ ਹੈ, ਹੁਣ ਕੈਪਟਨ ਸਾਹਿਬ ਨਾਲ ਸੰਧੀ ਕਰ ਲਈ, ਇਹ ਸਾਰਾ ਪੰਜਾਬ ਦੇਖ ਰਿਹਾ ਜੀ। ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਇੰਨਾ ਕੁ ਤਜਰਬੇ ਕੀਤੇ ਆ, ਪੰਜਾਬ ਦੇ ਲੋਕ ਕੀ ਪ੍ਰਤਾਪ ਸਿੰਘ ਬਾਜਵਾ ਨੂੰ MLA ਜਾਂ ਮੈਂਬਰ ਪਾਰਲੀਮੈਂਟ ਜਾਂ ਰਾਸਵਾਦ ਮੈਂਬਰ ਚੁਣਨ ਵਾਸਤੇ ਰੱਖੇ ਹੋਏ ਨੇ? ਇਹ ਲੋਕਾਂ ਨੇ ਮਾਨ ਸਾਹਿਬ, ਮੈਂ ਥੋੜਾ ਜਿਹਾ ਕਰੈਕਟ ਕਰਦਾ ਇੱਥੇ, ਆਪਣੀ ਜੋ ਚਰਚਾ ਹੈ ਨਾ ਉਹ ਇਕੱਲੀ ਇਹ ਨਹੀਂ ਹੈ ਕਿ ਪ੍ਰਤਾਪ ਬਾਜਵਾ ਉੱਥੇ ਐਕਟਿਵ, ਉਹਦੇ 'ਚ ਸਾਰਾ ਹੀ ਹੈ, ਸਾਰੀਆਂ ਪਾਰਟੀਆਂ ਦੇ ਆਪਾਂ ਲੈ ਕੇ ਚੱਲ ਰਹੇ, ਸਾਰੀਆਂ ਪਾਰਟੀਆਂ ਦੀ ਐਕਟੀਵਿਟੀਆਂ ਮਾਝੇ ਦੇ ਵਿੱਚ ਵਧੀਆ, ਕਿਉਂਕਿ ਮਾਝਾ ਖੇਤਰ ਐਸਾ ਹੈ ਜਿਹੜਾ ਕਿ ਇਹ ਮੰਨਿਆ ਜਾਂਦਾ ਜਿਹਨੇ ਮਾਝਾ ਜਿੱਤ ਲਿਆ ਤੇ ਉਹ ਤਕਰੀਬਨ ਸਰਕਾਰ ਬਣ ਜਾਂਦੀ ਹੈ। ਪਿਛਲੇ ਕਈ ਚੋਣਾਂ 'ਚ ਆਪਾਂ ਕਈ ਚੋਣਾਂ 'ਚ ਦੇਖਿਆ, ਆਪਣਾ ਜੋ ਚੱਲ ਰਿਹਾ ਹੈ ਕਿ ਐਕਟੀਵਿਟੀ ਸਾਰੀਆਂ ਪਾਰਟੀਆਂ ਦੀਆਂ ਵਧੀਆ, ਉਹਦੇ 'ਚ ਕਾਂਗਰਸ ਦੀ ਐਕਟੀਵਿਟੀ ਥੋੜ੍ਹੀ ਜ਼ਿਆਦਾ ਵਧੀਆ, ਔਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਮੈਦਾਨ 'ਚ ਆਉਣ ਤੋਂ ਬਾਅਦ ਕੁਛ ਹੋਰ ਜਿਹੜਾ ਹੈ ਉਹਦੇ ਵਿੱਚ ਕਾਫੀ ਤੇਜ਼ੀ ਆਈ ਹੈ। ਤੇ ਪੁਆਇੰਟ ਇਹ ਹੈ ਕਿ ਆਮ ਆਦਮੀ ਪਾਰਟੀ ਵੀ ਜਿਹੜੀ ਹੈ ਮਾਝੇ ਦੇ ਵਿੱਚ ਕਾਫੀ ਐਕਟੀਵਿਟੀ ਦਿਖਾ ਰਹੀ ਹੈ। ਕੀ ਤਿਆਰੀ ਹੈ? ਮਾਝਾ ਪਿਛਲੀ ਵਾਰੀ ਕੋਈ ਸੀਟ ਨਹੀਂ ਆਈ, ਇਸ ਵਾਰ ਦੀ ਕੀ ਤਿਆਰੀ? ਮਾਨ ਸਾਹਿਬ, ਇਸ ਵਕਤ ਜਿਹੜਾ ਪੰਜਾਬ ਦਾ ਗਰਾਊਂਡ ਲੈਵਲ ਦਾ ਸਰਵੇ ਆ ਰਿਹਾ, ਤੁਸੀਂ ਸਰਵੇ ਛੱਡੋ, ਤੁਸੀਂ ਕਿਸੇ ਨੂੰ ਵੀ ਪੁੱਛ ਲਓ ਮਾਝੇ 'ਚ ਕਿਸੇ ਬੰਦੇ ਨੂੰ ਕਿ ਅੱਜ ਕੀ ਤੁਹਾਡਾ ਕੀ ਮੂਡ ਹੈ ਜੀ, ਤੁਸੀਂ ਇੱਕ ਕਾਮਨ ਮੈਨ ਬਣ ਕੇ ਗੱਲ ਕਰੋ ਤਾਂ ਉਹ ਕਹਿੰਦੇ ਜੀ ਸਾਡਾ ਮੂਡ ਐਤਕੀ ਤਬਦੀਲੀ ਦਾ, ਅਸੀਂ ਤਬਦੀਲੀ ਭਾਲਦੇ ਹਾਂ, ਕਿਉਂਕਿ ਅਕਾਲੀ ਕਾਂਗਰਸ ਨੇ ਰਲ ਕੇ ਪੰਜਾਬ ਨੂੰ ਲੁੱਟਿਆ, ਪਰ ਲੰਮੇ ਸਮੇਂ ਤੋਂ ਇਹਨਾਂ ਨੇ ਰਾਜ ਕੀਤਾ ਪੰਜਾਬ ਤੇ, ਔਰ ਇਹਨਾਂ ਲੋਕਾਂ ਨੇ ਹਲੇ ਤੱਕ ਸਾਨੂੰ ਜਿਹੜੇ ਆਫੀਸ਼ਲੀ ਤੌਰ ਤੇ ਇਹਨਾਂ ਨੇ ਮੈਨੀਫੈਸਟੋ ਜਾਰੀ ਕੀਤੇ ਸੀ ਉਹਦੇ ਤੇ ਵੀ ਕੋਈ ਕੰਮ ਨਹੀਂ ਕੀਤਾ, ਔਰ ਲਗਾਤਾਰ ਗੁਰੂ ਸਾਹਿਬ ਦੀ ਬੇਅਦਬੀ ਲਾ ਲਓ, ਘਰ ਘਰ ਨੌਕਰੀ ਦੇਣ ਦੀ ਗੱਲ ਲਾ ਲਓ, ਇਹ ਸਾਰੀਆਂ ਗੱਲਾਂ ਤੋਂ ਮੁੱਕਰਿਆ, ਨਸ਼ਾ ਮੁਕਤ ਨਹੀਂ ਹੋ ਸਕਿਆ ਪੰਜਾਬ। ਆਮ ਆਦਮੀ ਪਾਰਟੀ, ਪਹਿਲੀ ਗੱਲ ਤਾਂ ਆਈ ਜੀ ਸਾਹਿਬ ਜਿਹੜੇ ਕੰਵਰ ਵਿਜੇ ਪ੍ਰਤਾਪ ਸਿੰਘ ਰਾਣ ਨੂੰ ਜਿਹੜਾ ਤੁਸੀਂ ਦੱਸਿਆ ਕਿ ਸਾਡੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਸਪੈਸ਼ਲ ਉਹਨਾਂ ਨੂੰ ਆ ਕੇ ਜੁਆਇਨ ਕਰਾ ਕੇ ਗਏ, ਉੱਥੋਂ ਜਿਹੜਾ ਅਕਾਲੀ ਦਲ ਦਾ ਜਿਹੜਾ ਗੜ੍ਹ ਹੈ ਜਿੱਥੋਂ ਇਹ ਸਾਰਾ ਸਿਸਟਮ ਜਿਹੜਾ ਵਿਕਰਮ ਸਿੰਘ ਮਜੀਠੀਆ ਵਰਗੇ ਜਿਹੜੇ ਕਹਿੰਦੇ ਜੀ ਮਾਝੇ ਦਾ ਜਰਨੈਲ, ਉਹ ਇੱਕ ਤਾਂ ਇਹਨਾਂ ਦਾ ਉਹ ਤਖ਼ਤ ਹਾਲਾਤ ਆਮ ਆਦਮੀ ਪਾਰਟੀ ਨੇ, ਔਰ ਹੁਣੇ ਪਿੱਛੇ ਜੇ ਸੇਵਾ ਸਿੰਘ ਸੇਖਵਾ ਸਾਹਿਬ ਉਹਨਾਂ ਦੇ ਘਰ ਆ ਕੇ ਉਹਨਾਂ ਨਾਲ ਜਿਹੜਾ ਜੀ ਉਹਨਾਂ ਦਾ ਹਾਲ ਚਾਲ ਪੁੱਛਿਆ, ਉਹਨਾਂ ਨੂੰ ਪਾਰਟੀ ਸ਼ਾਮਿਲ ਕਰਕੇ ਗਏ ਨੇ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਅੱਜ ਸਭ ਤੋਂ ਵੱਡੀ ਸੰਭਾਵਨਾ ਪੰਜਾਬ ਦੇ ਵਿੱਚ, ਔਰ ਮਾਝੇ ਦੇ ਵਿੱਚ ਆਮ ਆਦਮੀ ਪਾਰਟੀ ਆਪਣੀ ਰਣਨੀਤੀ ਤਹਿਤ ਬਹੁਤ ਅੱਛੇ ਤਰੀਕੇ ਨਾਲ ਆਪਣਾ ਪਰਿਵਾਰ ਵੱਡਾ ਕਰ ਰਹੀ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮਾਝੇ ਦੇ ਵਿੱਚ ਇਸ ਵਕਤ ਸਾਡੇ ਜਿਹੜੇ ਪੁਰਾਣੇ ਲੀਡਰ ਸੀ 2017 ਜਿਨ੍ਹਾਂ ਨੇ ਇਲੈਕਸ਼ਨ ਲੜੀ ਹੈ, ਜਿਨ੍ਹਾਂ ਨੇ ਲੋਕ ਸਭਾ ਦੀ ਇਲੈਕਸ਼ਨ ਲੜੀ ਹੈ, ਉਹ ਬੜੇ ਮੰਝੇ ਹੋਏ ਤਰੀਕੇ ਨਾਲ, ਬੜੇ ਅੱਛੇ ਤਰੀਕੇ ਨਾਲ ਕੰਪੇਨ ਜਿਹੜੀ ਹੈ, ਜਿਵੇਂ 600 ਯੂਨਿਟ ਘਰ ਘਰ ਬਿਜਲੀ ਦੇਣ ਦੀ ਗੱਲ ਹੈ, ਉਹ ਘਰ ਘਰ ਪਹੁੰਚਾਈ ਹੈ, ਔਰ ਆਪਣੇ ਆਪਣੇ ਹਲਕੇ ਦੇ ਆਪਣੇ ਆਪਣੇ ਸ਼ਹਿਰਾਂ ਦੇ ਪਿੰਡਾਂ ਦੇ ਮਸਲੇ ਬੜੇ ਵਾਜਬ ਤਰੀਕੇ ਨਾਲ, ਬੜੇ ਅੱਛੇ ਤਰੀਕੇ ਨਾਲ, ਡਿਸਿਪਲਿਨ ਤਰੀਕੇ ਨਾਲ ਉਠਾਏ ਆ। ਆਮ ਆਦਮੀ ਪਾਰਟੀ ਪਿਛਲੇ ਲਗਾਤਾਰ 4-5 ਸਾਲ ਤੋਂ ਜਦੋਂ ਦੀ ਇਲੈਕਸ਼ਨ ਤੋਂ ਬਾਅਦ, ਲੋਕ ਸਭਾ ਦੀ ਇਲੈਕਸ਼ਨ ਤੋਂ ਬਾਅਦ ਲਗਾਤਾਰ ਸਰਗਰਮੀ ਜਿਹੜੀ ਆ ਦਿਖ ਰਹੀ ਆ। ਔਰ ਇੱਕ ਗੱਲ ਕਲੀਅਰ ਹੈ ਜੀ ਕਿ ਮਾਝੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਗ੍ਰਾਫ ਵਧਿਆ, ਸਰਵੇ ਦੇ ਵਿੱਚ ਵੀ ਹੈ, ਅੰਮ੍ਰਿਤਸਰ ਦੇ ਵਿੱਚ ਵੀ ਸਾਨੂੰ ਡਿਸਟ੍ਰਿਕਟ ਅੰਮ੍ਰਿਤਸਰ ਦੇ ਵੀ ਸੀਟਾਂ ਦਿਖਾਈਆਂ ਗਈਆਂ ਨੇ, ਗੁਰਦਾਸਪੁਰ ਦੇ ਵਿੱਚ ਵੀ ਦਿਖਾਈਆਂ ਗਈਆਂ ਨੇ। ਤਾਂ ਇਹਦਾ ਮਤਲਬ ਇਹ ਹੈ ਕਿ ਆਮ ਆਦਮੀ ਪਾਰਟੀ ਲੋਕ ਪਸੰਦ ਕਰ ਰਹੇ ਆ, ਅਰਵਿੰਦ ਕੇਜਰੀਵਾਲ ਸਾਹਿਬ ਦੀ ਸੋਚ ਨੂੰ ਪਸੰਦ ਕਰ ਰਹੇ ਆ, ਔਰ ਆਮ ਪਾਰਟੀ ਜਿਹੜਾ ਕੰਮ ਕਰਨ ਦਾ ਤਰੀਕਾ ਜਿਹੜਾ
ਉਹ ਇੱਕ ਆਮ 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 ਤਰੀਕਾ ਕਿ ਘਰ ਘਰ ਜਾ ਕੇ ਹਰੇਕ ਨਾਲ ਗੱਲ ਕਰਨੀ, ਹਰੇਕ ਨੂੰ ਸਮਝਾਉਣਾ, ਇਹ ਪਸੰਦ ਆ ਰਿਹਾ। ਔਰ ਮੈਨੂੰ ਉਮੀਦ ਹੈ ਕਿ ਇਸ ਵਾਰ ਮਾਝਾ ਜਿਹੜਾ ਉਹ ਆਮ ਆਦਮੀ ਪਾਰਟੀ ਫਤਿਹ ਕਰੇਗੀ ਔਰ ਮਾਝੇ ਦੇ ਸਿਰ ਤੇ ਪੰਜਾਬ ਦੇ ਵਿੱਚ ਆਮ ਪਾਰਟੀ ਜਿਹੜੀ ਹੈ ਪ੍ਰਚੰਡ ਬਹੁਮਤ ਦੇ ਨਾਲ 2022 ਦੇ ਵਿੱਚ ਸਰਕਾਰ ਬਣਾਏਗੀ। ਠੀਕ ਮਾਨ ਸਾਹਿਬ, ਆ ਗਈ ਤੁਹਾਡੀ ਗੱਲ। ਸੰਧੂ ਸਾਹਿਬ, ਕੁਛ ਗੱਲਾਂ ਚੰਨੀ ਸਾਹਿਬ ਨੇ ਕਰੀਆਂ, ਕੁਛ ਮਾਨ ਸਾਹਿਬ ਨੇ ਵੀ ਇਸ਼ੂ ਰੇਜ਼ ਕੀਤੇ। ਗੱਲ ਉੱਥੇ ਆ ਜਾਂਦੀ ਹੈ, ਸਭ ਤੋਂ ਜ਼ਿਆਦਾ ਐਕਟਿਵ ਕਾਂਗਰਸ ਦਿਖ ਰਹੀ ਹੈ ਮਾਝੇ ਦੇ ਵਿੱਚ, ਔਰ ਮਾਝਾ ਬੇਸਿਕਲੀ, ਕਿਉਂਕਿ ਜਿਹੜੀ ਗੱਲ ਮੈਂ ਪਹਿਲਾਂ ਕਹੀ ਹੈ, ਇਹ ਆਪਣੇ ਮੰਨਿਆ ਜਾਂਦਾ ਵੀ ਮਾਝੇ ਦੇ ਵਿੱਚੋਂ, ਚਾਹੇ ਆਪਾਂ ਪਿਛਲੀ ਚੋਣ ਦੀ ਗੱਲ ਕਰ ਲਓ, ਉਸ ਤੋਂ ਪਿਛਲੀਆਂ ਦੀ 2012 ਵਾਲੀਆਂ ਦੀ ਕਰ ਲਈਏ ਜਾਂ 2007 ਵਾਲੀਆਂ ਦੀ ਕਰ ਲਈਏ, ਇੱਕ ਜਦੋਂ ਆਪਾਂ ਕੈਬਨਿਟ ਦੇਖਦੇ ਹਾਂ ਉਹਦੇ ਵਿੱਚ ਦੇਖੋ 25 ਸੀਟਾਂ ਮਾਝੇ ਦੀਆਂ ਹੈਗੀਆਂ, ਅਤੇ ਅੱਜ ਦੀ ਵੀ ਡੇਟ 'ਚ ਆਪਾਂ ਅਗਰ ਦੇਖ ਲਈਏ 5 ਮੰਤਰੀ ਮਾਝੇ ਤੋਂ, ਇਸ ਤੋਂ ਇਲਾਵਾ PPCC ਪ੍ਰਧਾਨ ਮਾਝਾ ਖੇਤਰ ਤੋਂ, ਅਤੇ ਉਸ ਤੋਂ ਨਾਲ ਹੀ ਆਪਾਂ ਗੱਲ ਕਰ ਲਈਏ ਜਿਹੜਾ ਕੈਬਨਿਟ ਰੈਂਕ ਇੱਕ ਉਹ ਵੀ ਮਾਝੇ ਤੋਂ, ਅਤੇ ਕਈ ਚੇਅਰਮੈਨੀਆਂ ਸਾਰਾ ਮਾਝਾ ਖੇਤਰ ਇੱਕ ਬਹੁਤ ਅਹਿਮ ਖੇਤਰ ਮੰਨਿਆ ਜਾਂਦਾ, ਅਤੇ ਉਸਦੇ ਉੱਤੇ ਹੀ ਆਪਾਂ ਅੱਜ ਗੱਲ ਕਰ ਰਹੇ ਹਾਂ। ਐਕਟੀਵਿਟੀ ਇੱਕਦਮ, ਇੱਕ ਤਾਂ ਪਹਿਲਾਂ ਜਦੋਂ 3 ਮੰਤਰੀ ਨੇ ਸਵਾਲ ਚੱਕੇ, 3 ਮੰਤਰੀਆਂ ਨੇ, ਉਸ ਤੋਂ ਬਾਅਦ ਹੁਣ ਬਾਜਵਾ ਸਾਹਿਬ ਦਾ ਇੱਕਦਮ ਐਕਟਿਵ ਹੋਣਾ, ਔਰ ਉਹਨਾਂ ਨੇ ਜੋ ਕਿਹਾ ਕਿ ਹੁਣ ਪੰਜਾਬ ਦੀ ਉਹਨਾਂ ਨੇ ਸੇਵਾ ਕਰਨੀ ਹੈ, ਉਹ ਗੱਲ ਵੀ ਆਈ ਹੈ, ਤੁਸੀਂ ਵੀ ਉਹ ਗੱਲ ਕੀਤੀ ਹੈ। ਗੱਲ ਇਸ ਕਰਕੇ, ਅੱਜ ਦੀ ਚਰਚਾ ਇਸ ਕਰਕੇ ਕਿ ਕਾਂਗਰਸ ਇੱਕਦਮ ਐਕਟਿਵ ਹੋਈ ਹੈ, ਕੁਛ ਜ਼ਿਆਦਾ ਹੀ ਐਕਟਿਵ ਹੋ ਗਈ। ਸੰਧੂ ਸਾਹਿਬ, ਅਨਿਲ ਜੀ, ਮੈਂ ਬਿਲਕੁਲ ਤਰਤੀਬ ਵਾਰ, ਮੇਰੇ ਸਾਰੇ ਬੁਲਾਰਿਆਂ ਨੇ ਬੜੇ ਸਤਿਕਾਰਯੋਗ ਬੁਲਾਰੇ ਨੇ, ਮੈਂ ਸਭ ਤੋਂ ਪਹਿਲਾਂ ਸਾਡੇ ਰਿਟਾਇਰਡ DC ਨੇ ਚੰਨੀ ਸਾਹਿਬ, ਸਤਿਕਾਰਯੋਗ ਬੁਲਾਰੇ ਨੇ, ਹੁਣ BJP ਦੇ, ਮੈਂ ਇਹਨਾਂ ਨੂੰ BJP ਦਾ ਬੁਲਾਰਾ ਕਹਿ ਕੇ ਸੰਬੋਧਨ ਕਰਨ ਡਿਆ। ਵੇਖੋ ਹੁਣ ਇਹਨਾਂ ਨੇ ਮੈਨੂੰ ਗੱਲ ਤੇ ਕਹੀ ਹੈ, ਇਹ ਕਹਿੰਦੇ ਜੀ ਤੁਹਾਡੀ ਕਾਂਗਰਸ ਚ ਕੌਣ ਕਿਸੇ ਨੂੰ ਕੁਝ ਜਾਣਦਾ, ਕੌਣ ਕਿਸੇ ਨੇ ਕੁਛ ਸਮਝਦਾ, ਇਹਨਾਂ ਨੇ ਬੜੀਆਂ ਕੁਛ ਗੱਲਾਂ ਕਹੀਆਂ। BJP ਇੱਕ ਐਸੀ ਪਾਰਟੀ ਆ ਜਿਹਦਾ ਹਸ਼ਰ ਤੇ ਨਸ਼ਰ ਪੰਜਾਬ ਦੇ ਵਿੱਚ ਬੁਰਾ ਹੋ ਗਿਆ, ਔਰ ਉਸ ਤੋਂ ਵੀ ਬੁਰਾ ਹੋਣਾ, ਕਾਰਨ ਇਹਨਾਂ ਦੀ ਆਪਸੀ ਫੁੱਟ ਆ। ਮੈਂ ਮਾਝੇ ਦੀ ਗੱਲ ਕਰਨੀ ਆ, ਤੁਸੀਂ ਅੱਜ ਮਾਝੇ ਦੀ ਗੱਲ ਕੀਤੀ ਤੇ ਮਾਝੇ ਦੀ ਮੈਂ ਗੱਲ ਤੋਂ ਚੱਲੂਗਾ। ਸਾਡੇ ਇੱਕ ਮੰਤਰੀ ਆ ਅਨਿਲ ਜੋਸ਼ੀ, ਜਿਹਨੇ ਕਿ ਕਹਿੰਦੇ ਸਭ ਤੋਂ ਜ਼ਿਆਦਾ ਪੰਜਾਬ ਦੇ ਵਿਕਾਸ ਅੰਮ੍ਰਿਤਸਰ ਨੌਰਥ 'ਚ ਕਰਾਇਆ, ਉਸ ਬੰਦੇ ਨੇ ਉਹਨਾਂ ਨੇ ਪਾਰਟੀ ਤੋਂ ਬਾਹਰ ਕੱਢ ਦਿੱਤਾ, ਕਾਰਨ ਉਸ ਬੰਦੇ ਨੇ ਸੱਚ ਤੇ ਹੱਕ ਦੀ ਗੱਲ ਕੀਤੀ ਸੀ। ਇਹ ਅੱਜ ਉਸ ਪਾਰਟੀ ਦੇ ਬੁਲਾਰੇ ਨੇ ਜਿਹਨੂੰ ਸ਼ਵੇਤ ਮਲਿਕ ਅੰਮ੍ਰਿਤਸਰ ਦੇ ਵਿੱਚ ਪੁਰਾਣਾ ਮੇਅਰ ਸੀ, ਉਹਨੇ ਅਨਿਲ ਜੋਸ਼ੀ ਦੀ ਇੱਕ ਨਹੀਂ ਚੱਲਣ ਦਿੱਤੀ। ਆਪਸ ਦੇ ਵਿੱਚ ਇਹ ਗੁੱਥਮ ਗੁੱਥਾ ਹੁੰਦੇ ਰਹੇ, ਉਹ ਉਹਨਾਂ ਦੀ ਵੋਟਾਂ ਕੱਟਦਾ ਰਿਹਾ, ਉਹ ਉਹਨਾਂ ਦੀਆਂ ਵੋਟਾਂ ਕੱਟਦਾ ਰਿਹਾ। ਮੈਂ ਅੰਮ੍ਰਿਤਸਰ, ਕਿਉਂਕਿ ਨੌਰਥ ਦੀ ਗੱਲ ਕਰਨੀ ਆ, ਮੇਰੇ ਕੋਲ ਤਾਂ ਸਾਰਾ ਪੰਜਾਬ ਦਾ ਡਾਟਾ ਪਿਆ, ਮੈਂ ਹਰ ਇੱਕ ਦੀ ਗੱਲ ਕਰ ਸਕਦਾ, ਪਰ ਮੈਂ ਸਿਰਫ ਅੰਮ੍ਰਿਤਸਰ ਮਾਝੇ ਦੀ ਗੱਲ ਤੁਸੀਂ ਮੈਨੂੰ ਕਹੀ ਹੈ, ਮੈਂ ਮਾਝੇ ਦੀ ਗੱਲ BJP ਦੇ ਵਿੱਚ ਕੋਈ ਵੀ ਤੱਜ ਦਾ ਬੁਲਾਰਾ ਨਹੀਂ। ਆਪ ਬਹੁਤ ਸਿਆਣੇ, ਚੰਨੀ ਬਹੁਤ, ਚੰਨੀ ਜੀ ਬਹੁਤ ਸਿਆਣੇ ਬੁਲਾਰੇ ਨੇ, ਸ਼ਾਲੀਨਦਾ ਨਾਲ ਬੋਲਦੇ ਨੇ, ਮੈਂ ਇਹਨਾਂ ਦਿਲੋਂ ਰਿਸਪੈਕਟ ਕਰਦਾ। ਇਹਨਾਂ ਦਾ ਇੱਕ ਹਰਜੀਤ ਗਰੇਵਾਲ ਬੁਲਾਰਾ, ਜਦੋਂ ਬੋਲਦਾ ਕੌੜੇ ਬੋਲ ਬੋਲਦਾ, ਜਦੋਂ ਬੋਲਦਾ ਕੌੜੇ ਬੋਲ ਬੋਲਦਾ। ਅੱਜ ਇੱਕ ਕਾਹਲੋ ਨਵਾਂ ਬੁਲਾਰਾ ਆ ਗਿਆ, ਜਿਹਨੇ ਸਰੇਆਮ ਕਿਹਾ ਵੀ ਮੈਂ ਕਿਸਾਨਾਂ ਨੂੰ ਥੱਲੇ ਜਾ ਚੁੱਕੀ। ਇਸ ਕਰਕੇ ਇਹ ਤੁਸੀਂ ਮਤ ਕਹੋ ਸਾਡੀ ਪਾਰਟੀ ਦੇ ਵਿੱਚ, ਤੁਹਾਡੀ ਪਾਰਟੀ ਤੇ ਬਹੁਤ ਅੰਦਰ ਖਿਲਾਰਾ, ਮੈਂ ਖੋਲੂਗਾ ਤੇ ਫਿਰ ਖਿੱਦੋ ਵਾਂਗੂ ਲੀਰਾਂ ਨਿਕਲਣੀ, ਅੰਦਰ ਨਿਕਲਣਾ ਕੁਛ ਨੀ ਗਾ। ਨੰਬਰ 2, ਮੇਰੇ ਵੀਰ ਜਿਹੜੇ ਆਪ ਦੇ ਦੇਵਮਾਨ ਨੇ, ਉਹਨਾਂ ਨੂੰ ਵੀ ਮੈਨੂੰ ਉਹਨਾਂ ਨੇ ਗੱਲ ਕਹੀ ਆ, ਇਹਨਾਂ ਨੂੰ ਮੈਂ ਪੁੱਛਣਾ ਚਾਹੂੰਗਾ, ਤੁਹਾਡੇ ਤੁਸੀਂ ਵੀ ਅਨਿਲ ਜੀ ਗੱਲ ਕਹੀ, ਯਾਦ ਹੈ ਪਿੱਛੋਂ ਸੁੱਚਾ ਸਿੰਘ ਛੋਟੇਪੁਰ ਵੀ ਇੱਥੋਂ ਹੀ ਸੀਗੇ, ਉਹਨਾਂ ਦਾ ਕੀ ਇਹਨਾਂ ਨੇ ਹਸ਼ਰ ਕੀਤਾ, ਇਮਾਨਦਾਰ ਤੇ ਆਨੈਸਟ ਬੰਦੇ ਸੀ। ਮੈਂ ਫਿਰ ਮਾਝੇ ਦੀ ਗੱਲ ਕਰਨੀ, ਮੈਂ ਬਾਹਰ ਜਾ ਕੇ ਗੱਲ ਨਹੀਂ ਕਰਨੀ, ਮੈਂ ਮਾਝੇ ਦੂਜੇ ਦੇ ਬੰਨੇ ਦੀ ਗੱਲ ਕਰਾਂ, ਤੇ ਮੇਰੇ ਕੋਲ ਤੇ ਇਹਨਾਂ ਦੀਆਂ ਆਪ ਦੀਆਂ ਕਈ ਜਿਹੜੇ MLA ਨੇ ਰੋਂਦੇ ਫਿਰਦੇ ਨੇ ਵੀ ਸਾਨੂੰ ਕੋਈ ਪੁੱਛਦਾ ਨੀਗਾ, ਤੇ ਅੱਜ ਹੁਣ ਹੁਣ ਇਹ ਸੇਵਾ ਸਿੰਘ ਸ਼ੇਖਵਾਂ ਨੂੰ ਪਟਕਾ ਕੇ ਉਹਨਾਂ ਦੇ ਘਰ, ਠੀਕ ਆ ਬਿਮਾਰ ਸੀ ਵਿਚਾਰੇ, ਉਹਨਾਂ ਦੇ ਘਰ ਜਾ ਕੇ ਉਹਨਾਂ ਦਾ ਪਤਾ ਲੈਣ ਗਏ, ਉਹਨਾਂ ਨੂੰ ਉਹਨਾਂ ਨੇ ਸ਼ਾਮਿਲ ਕਰ ਲਿਆ। ਇਹਨਾਂ ਦਾ ਹਮੇਸ਼ਾ ਮਨਸੂਬਾ ਹੈ ਵੀ ਮਾਝੇ ਦੇ ਵਿੱਚ ਕੁਛ ਨਾ ਕੁਛ ਸਾਨੂੰ ਵੋਟ ਬੈਂਕ ਮਿਲ ਜਾਏ, ਮਜ਼ਬੂਤ ਦਮਦਾਰ ਬੰਦਾ ਮਿਲ ਜਾਏ। ਪਰ ਮੈਂ ਇੱਕ ਤੁਹਾਨੂੰ ਗੱਲ ਦੱਸਦਾ, ਇਹਨਾਂ ਦੀ ਦਾੜ ਨਹੀਂ ਗੱਲੀ, ਹਾਲਾਂਕਿ ਇਹਨਾਂ ਨੇ ਰਿਟਾਇਰਡ IAS ਅਫਸਰ ਕੁਵਿਲ ਵਿਜੇ ਪ੍ਰਤਾਪ ਨੂੰ ਵੀ ਲੈਣ ਦਾ, ਪਰ ਉਹ ਵੀ ਸਾਡੇ ਅੰਮ੍ਰਿਤਸਰ ਨੌਰਥ ਦੇ ਵਿੱਚ ਹੈਗਾ, ਉਹ ਤੁਰਿਆ ਫਿਰਦੇ ਨੇ, ਬੜੇ ਸਿਆਣੇ ਬੰਦੇ ਨੇ, ਰਾਜਨੀਤੀ 'ਚ ਉਹਨਾਂ ਨੂੰ ਨਹੀਂ ਸੀ ਆਉਣਾ ਚਾਹੀਦਾ, ਰਾਜਨੀਤੀ ਦੇ ਵਿੱਚ ਆ ਗਏ ਨੇ, ਉਹਨਾਂ ਦਾ ਹਸ਼ਰ ਵੀ ਵੇਖੋ ਤੁਸੀਂ, ਆਮ ਰਾਜਨੀਤੀ ਵੱਲ ਤੋਂ ਹੀ ਪੈਦਾ ਹੋ ਜਾਂਦਾ। ਸਾਰਾ ਕੁਛ ਕਾਂਗਰਸ ਕੋਲ ਹੀ ਆ, ਸਿਆਣੇ ਜੀ, ਸਾਰੇ ਜਿੰਨੇ ਸਿਆਣੇ, ਮੈਂ ਤੁਹਾਡੀ ਡਿਬੇਟ ਕੁਛ ਨੀ, ਤੁਸੀਂ ਮੈਨੂੰ ਜੋ ਮਰਜ਼ੀ ਕਹੋ,
ਮੈਂ ਤਾਂ ਡਿਬੇਟ ਸੀ ਤੁਹਾਡੇ ਕੋਲ ਆ ਰਹੇ ਆ ਤੁਸੀਂ ਨੋਟ ਕਰ ਲਓ ਉਸ ਟਾਈਮ ਤੁਸੀਂ ਜਵਾਬ ਦੇਖੋ ਬਾਕੀ ਗੋਸ਼ਾ ਜੀ ਨਾਲ ਮੇਰੀ ਕੋਈ ਗੱਲ ਇਹਨਾਂ ਨੇ ਮੈਨੂੰ ਕੋਈ ਕੁਐਸਚਨ ਕੀਤਾ ਨਹੀਂ ਮੈਂ ਫਿਰ ਵੀ ਇਹਨਾਂ ਨੂੰ ਕੋਈ ਕੁਐਸਚਨ ਨਹੀਂ ਕਰਨਾ ਚਾਹੁੰਦਾ ਇੱਕੋ ਹੀ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਗੋਸ਼ਾ ਜੀ ਤੁਸੀਂ ਵੀ ਬੜੇ ਸੁਲਝੇ ਜੇ ਬੜੇ ਸਿਆਣੇ ਜੇ ਮੈਨੂੰ ਸਿਰਫ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਸਾਰੀਆਂ ਸੀਟਾਂ ਅਨਾਊਂਸ ਕੀਤੀਆਂ ਤੇ ਤੁਸੀਂ ਮਜੀਠੇ ਦੀ ਤੇ ਅੰਮ੍ਰਿਤਸਰ ਈਸਟ ਦੀ ਟਿਕਟ ਜਿਹੜੀ ਹੈ ਉਹ ਕਿਉਂ ਨਹੀਂ ਅਨਾਊਂਸ ਕੀਤੀ ਉਹ ਵੀ ਤੁਹਾਨੂੰ ਅਨਾਊਂਸ ਕਰਨੀ ਚਾਹੀਦੀ ਸੀ ਮੈਂ ਜਵਾਬ ਦਿੰਦਾ ਸੰਦ ਬਿਲਕੁਲ ਜੀ ਪਹਿਲਾਂ ਤਾਂ ਮੈਂ ਕਹਿੰਦਾ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਉਚੇਚੀ ਸੋਚ ਉਹਨਾਂ ਦਾ ਵਿਜ਼ਨ ਅੱਜ ਦਿਖਾਤਾ ਵੀ ਜਿਹੜੀਆਂ 65 ਸੀਟਾਂ ਤੇ ਜਿਹੜੀ ਅਨਾਊਂਸਮੈਂਟ ਹੋਈ ਨਾ ਅਸੀਂ ਤਾਂ ਕਰਕੇ ਦਿਖਾਤਾ ਅਸੀਂ ਵਰਕਿੰਗ ਕਰ ਰਹੇ ਹਾਂ ਸਾਨੂੰ ਕੋਈ ਡਰ ਨਹੀਂ ਅਸੀਂ ਆਪਣੇ 65 ਕੈਂਡੀਡੇਟ ਅਨਾਊਂਸ ਕਰਤੇ ਤੇ ਬੜੇ ਜਲਦੀ ਸੰਧੂ ਸਾਹਿਬ ਬਾਕੀ ਜਿਹੜੇ ਰਹਿੰਦੇ ਉਹ ਵੀ ਅਨਾਊਂਸ ਕਰ ਦਾਂਗੇ ਹੁਣ ਗੱਲ ਰਹਿ ਗਈ ਮੈਂ ਪੂਰੀ ਗੱਲ ਕੰਪਲੀਟ ਕਰਾਂਗਾ ਜਿਹੜੀ ਪ੍ਰਤਾਪ ਕਿਉਂਕਿ ਮੇਰੀ ਗੱਲ ਕੱਟੀ ਗਈ ਸੀ ਨੈਟਵਰਕ ਕਰਕੇ ਪ੍ਰਤਾਪ ਬਾਜਵਾ ਗਾਲਾਂ ਕੱਢਦੇ ਰਹੇ ਆ ਕੈਪਟਨ ਅਮਰਿੰਦਰ ਸਿੰਘ ਨੂੰ ਪਾਣੀ ਪੀ ਪੀ ਕੇ ਕੋਸਦੇ ਰਹੇ ਆ ਅੱਜ ਸਿਰਫ ਆਪਣੀ ਰਾਜਨੀਤਿਕ ਆਪਣਾ ਅਲਾਹਾ ਲੈਣ ਲਈ ਅੱਜ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਸੰਧੀ ਕਰ ਗਿਆ ਉਸ ਕਰਕੇ ਬੜੀ ਤੇਜ਼ੀ ਨਾਲ ਐਕਟਿਵ ਹੋ ਰਿਹਾ ਇਹ ਲੜਾਈ ਸਾਨੂੰ ਅਕਾਲੀ ਦਲ ਨੂੰ ਖਤਰਾ ਨਹੀਂ ਹੈ ਇਹ ਕਾਂਗਰਸ ਨੂੰ ਕਾਂਗਰਸ ਤੋਂ ਹੀ ਖਤਰਾ ਹੈ ਹਮੇਸ਼ਾ ਕਾਂਗਰਸ ਨੂੰ ਤੁਸੀਂ ਪਿਛਲਾ ਇਤਿਹਾਸ ਵੀ ਕੱਢ ਲਓ ਹਮੇਸ਼ਾ ਕਾਂਗਰਸ ਨੂੰ ਕਾਂਗਰਸ ਨੇ ਮਾਰਿਆ ਸਾਨੂੰ ਕੋਈ ਟੈਨਸ਼ਨ ਨਹੀਂ ਹੈ ਦੇਖੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਮੈਨੂੰ ਤਾਂ ਸਿਰਫ ਇੱਕ ਚੀਜ਼ ਦੱਸ ਦੇਣ ਸੰਧੂ ਸਾਹਿਬ ਮੇਰੇ ਸਤਿਕਾਰਯੋਗ ਵੀਰ ਹੈ ਵੱਡੇ ਵੀਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਾਂਗਰਸ ਸਰਕਾਰ ਨੇ 4.5 ਸਾਲ ਦੇ ਵਿੱਚ ਕੀ ਡਿਲੀਵਰ ਕੀਤਾ ਦੱਸ ਦੇਣ ਵੀ ਸਾਨੂੰ ਵੀ ਪਤਾ ਲੱਗਦਾ ਵੀ ਲੋਕਾਂ ਦੀ ਆਹ ਡਿਲੀਵਰ ਕਰਤਾ ਅੱਜ ਸਮੁੱਚਾ ਜੇ ਮਾਝੇ ਦੀ ਗੱਲ ਕਰਾਂ ਨਾ ਮਾਝੇ ਦੇ ਵਿੱਚ ਬਹੁਤ ਬੁਰਾ ਹਾਲ ਹੈ ਕੋਈ ਪ੍ਰੋਜੈਕਟ ਸਿਰੇ ਨਹੀਂ ਚੜਿਆ ਜਿਹੜੇ ਪ੍ਰੋਜੈਕਟ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੱਲੋਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਵੱਲੋਂ ਜਿਹੜੇ ਪ੍ਰੋਜੈਕਟ ਸੀ ਨਾ ਉਹੀ ਮਸਾਂ ਮਸਾਂ ਲੀਹਾਂ ਤੇ ਆਣੇ ਸ਼ੁਰੂ ਹੋਏ ਸੀਗੇ ਪਰ ਉਹ ਵੀ ਤੁਸੀਂ ਕਰ ਨਹੀਂ ਪਾਏ ਤੇ ਦੂਜੀ ਗੱਲ ਰਹਿ ਗਈ ਆਮ ਆਦਮੀ ਪਾਰਟੀ ਵਾਲਿਆਂ ਨੇ ਬੜੀ ਵੱਡੀ ਗੱਲ ਕਹੀ ਵੀ ਬਾਜਵਾ ਸਾਹਿਬ ਨੇ ਕਿਹਾ ਸੀਗਾ ਜੀ ਮਜੀਠੀਆ ਸਾਹਿਬ ਨੂੰ ਅੰਦਰ ਕਰ ਦਿਆਂਗੇ ਜੀ ਸੁਖਬੀਰ ਜੀ ਨੂੰ ਅੰਦਰ ਕਰ ਦਿਆਂਗੇ ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ ਕਿ ਦਿੱਲੀ ਦੇ ਵਿੱਚ ਨਸ਼ਾ ਨਹੀਂ ਹੈ ਕਿ ਉੱਥੇ ਤਾਂ ਖਤਮ ਹੋ ਗਿਆ ਫਿਰ ਨਾਲੇ ਦੂਜੀ ਗੱਲ ਹੈ ਜੇ ਤੁਸੀਂ ਦੂਜੇ ਦੀ ਤਾਂ ਗੱਲ ਕਰਦੇ ਹੋ ਕੇਜਰੀਵਾਲ ਸਾਹਿਬ ਤਾਂ ਖੁਦ ਮਾਫ਼ੀ ਮੰਗ ਕੇ ਆਇਆ ਤਾਂ ਇਹ ਵੀ ਇਤਿਹਾਸ ਬਣਿਆ ਤੁਹਾਡੇ ਵਿੱਚ ਅੱਜ ਜ਼ਰੂਰਤ ਹੈ ਲੋਕਾਂ ਨੂੰ ਡਿਲੀਵਰ ਕਰਨ ਦੀ ਤੁਹਾਡੀ ਕਾਂਗਰਸ ਨੇ ਡਿਲੀਵਰ ਨਹੀਂ ਕੀਤਾ ਆਮ ਆਦਮੀ ਪਾਰਟੀ ਜੇ ਸ਼ੇਰਗਿੱਲ ਜੀ ਲੜੇ ਸੀ ਮਜੀਠੀਆ ਸਾਹਿਬ ਦੇ ਸਾਹਮਣੇ ਤੁਹਾਨੂੰ ਸ਼ਾਇਦ ਯਾਦ ਨਹੀਂ ਹੋਣਾ ਜਮਾਨਤ ਜ਼ਬਤ ਹੋ ਗਈ ਸੀ ਸ਼ੇਰਗਿੱਲ ਸਾਹਿਬ ਦੀ ਤੇ ਮਜੀਠੀਆ ਸਾਹਿਬ ਸੰਧੂ ਸਾਹਿਬ ਡਰ ਹੋਣਾ ਤੁਹਾਨੂੰ ਪਤਾ ਲੱਗ ਜੂਗਾ ਥੋੜੇ ਦਿਨਾਂ 'ਚ ਉਹ ਤਾਂ ਹੈਗੇ ਹੀ ਹੈਗੇ ਉਹ ਤਾਂ ਸਾਰੀ ਦੁਨੀਆਂ ਨੂੰ ਪਤਾ ਉਹਨਾਂ ਨੇ ਆਉਣਾ ਹੀ ਆਉਣਾ ਅਸੀਂ ਸਾਰੇ ਪੰਜਾਬ ਦਾ ਸੋਚ ਰਹੇ ਅਸੀਂ ਮਾਲਵੇ ਦਾ ਵੀ ਸੋਚ ਰਹੇ ਦੁਆਬੇ ਦਾ ਵੀ ਸੋਚ ਰਹੇ ਮਾਝੇ ਦਾ ਵੀ ਸੋਚ ਰਹੇ ਹਾਂ ਸਾਨੂੰ ਸਾਰੇ ਪਾਸਿਓਂ ਦੀ ਜ਼ਰੂਰਤ ਹੈ ਐਤਕੀ ਚਾਹੇ ਸਾਡੀ ਪਿਛਲੀ ਵਾਰੀਆਂ ਦੋ ਸੀਟਾਂ ਸਾਨੂੰ ਆਈਆਂ ਮਾਝੇ ਦੇ ਵਿੱਚੋਂ ਲੋਧੀ ਨੰਗਲ ਸਾਹਿਬ ਦੀ ਤੇ ਮਜੀਠੀਆ ਸਾਹਿਬ ਦੀ ਅਗਲੀ ਵਾਰ ਮਜੀਠੀਆ ਸਾਹਿਬ ਪੂਰੇ ਮਾਝੇ ਦੇ ਜਰਨੈਲ ਹੈ ਲੋਧੀ ਨੰਗਲ ਸਾਹਿਬ ਵੀ ਨਾਲ ਹੈ ਹੋਰ ਵੀ ਸਾਰੀਆਂ ਚੀਜ਼ ਸਾਰੇ ਕੈਂਡੀਡੇਟ ਨਾਲ ਹੈ ਆਉਣ ਵਾਲੇ ਟਾਈਮ 'ਚ ਸ਼੍ਰੋਮਣੀ ਅਕਾਲੀ ਦਲ ਕਰਕੇ ਦਿਖਾਏਗੀ ਕਿਉਂਕਿ ਪਿਛਲੇ 10 ਸਾਲ ਦੇ ਵਿੱਚ ਕੀਤਾ ਹੁਣ ਸਾਡੇ ਕੈਂਡੀਡੇਟ ਅਨਾਊਂਸ ਹੋਣ ਦੇ ਵਿੱਚ ਤਾਂ ਸਪਸ਼ਟ ਕਰਤਾ ਅੱਜ ਤਾਂ ਸਾਹਮਣੇ ਲਿਆ ਕੇ ਲੋਕਾਂ ਦੇ ਵਿੱਚ ਰੱਖਤਾ ਵੀ ਅਸੀਂ ਆ ਗਏ ਹਾਂ ਤੇ 17 ਤਰੀਕ ਨੂੰ ਫਿਰ ਕਿਸਾਨਾਂ ਦੀ ਜਿਹੜੀ ਵਾਸਤੇ ਦਿੱਲੀ ਜਾ ਰਹੇ ਹਾਂ ਅਸੀਂ ਤਾਂ ਕੰਮ ਕਰੀ ਜਾ ਰਹੇ ਹਾਂ ਅਸੀਂ ਆਪਸ ਦੀ ਲੜਾਈ ਵਿੱਚ ਜੇ ਹੁੰਦਾ ਨਾ 65 ਸੀਟਾਂ ਤੋਂ ਬਾਅਦ ਬੜੀ ਲੜਾਈ ਪੈਣੀ ਸੀ ਸਾਡੇ 'ਚ ਕੋਈ ਲੜਾਈ ਨਹੀਂ ਹੈ ਸਿਰਫ ਕਾਂਗਰਸ ਆਪਣੀ ਲੜਾਈ ਲੜ ਰਹੀ ਹੈ ਆਪਣੀ ਹੋਂਦ ਬਚਾਉਣ ਦੀ ਲੜਾਈ ਲੜ ਰਹੀ ਹੈ ਆਮ ਆਦਮੀ ਪਾਰਟੀ ਚਾਹੇ ਜਿਹੜੇ ਮਰਜ਼ੀ ਅਫਸਰ ਲੈ ਆਉਣ ਜਿਹੜੇ ਮਰਜ਼ੀ ਲੈ ਆਉਣ ਪਰ ਆਖਿਰ ਇਹਨਾਂ ਨੂੰ ਕਾਂਗਰਸ ਤੇ ਅਕਾਲੀ ਦਲ 'ਚੋਂ ਬੰਦੇ ਲੱਭਣੇ ਆ ਇਹਨਾਂ ਨੂੰ ਆਪਣਾ ਕੋਈ ਬੰਦਾ ਇਹਨਾਂ ਕੋਲ ਆਪਣਾ ਹੈ ਹੀ ਨਹੀਂ ਨਾ ਆਪਣੇ ਕਿਸੇ ਇੱਕ ਵੀ ਕੈਂਡੀਡੇਟ ਨੂੰ ਪੁਰਾਣੇ ਕੈਂਡੀਡੇਟ ਨੂੰ ਜਿਹੜੇ ਬੰਦੇ ਇਹਨਾਂ ਦੇ ਹਾਰੇ ਆ ਨਾ ਉਹਨਾਂ 'ਚੋਂ ਇੱਕ ਵੀ ਟਿਕਟ ਨਹੀਂ ਮਿਲਣੀ ਇਹ ਤਾਂ ਸਿਰਫ ਨਵੇਂ ਬੰਦੇ ਭਰ ਰਹੇ ਵੀ ਕਿੱਥੋਂ ਅਕਾਲੀ ਦਲ 'ਚੋਂ ਕੋਈ ਆ ਜਾਵੇ ਨਾਰਾਜ਼ ਹੋ ਗਏ ਜਾਂ ਕਾਂਗਰਸ ਤੋਂ ਨਾਰਾਜ਼ ਹੋ ਗਏ ਇਹਨਾਂ ਦੀ ਕ੍ਰੈਡੀਬਿਲਟੀ ਨਹੀਂ ਸਾਨੂੰ ਕਾਂਗਰਸ ਤੋਂ ਅੱਜ ਬਾਜਵਾਜੀ ਤੋਂ ਕੋਈ ਖਤਰਾ ਨਹੀਂ ਹੈ ਮਾਝੇ 'ਚ ਅਸੀਂ ਆਪਣੇ ਕੰਮਾਂ ਦੇ ਆਧਾਰ 'ਤੇ ਜਾ ਰਹੇ ਲੋਕਾਂ 'ਚ ਗੁਰਦੀਪ ਜੀ ਆ ਗਏ ਤੁਹਾਡੀ ਗੱਲ ਆ ਗਈ ਚੰਨੀ ਸਾਹਿਬ ਜਿੱਦਾਂ ਪਹਿਲਾਂ ਗੱਲ ਕੀਤੀ ਮਾਝੇ ਦੇ ਵਿੱਚ ਦੋਵੇਂ ਲੋਕ ਸਭਾ ਦੀਆਂ ਸੀਟਾਂ ਬੀਜੇਪੀ ਲੜਦੀ ਰਹੀ ਹੈ ਭਾਈਵਾਲੀ ਦੇ ਵਿੱਚ ਇਸ ਤੋਂ ਇਲਾਵਾ ਆਪਾਂ ਪੁਰਾਣੇ ਗੁਰਦਾਸਪੁਰ ਡਿਸਟ੍ਰਿਕਟ ਦੀ ਗੱਲ ਕਰ ਲਈਏ 5 ਵਿਧਾਨ ਸਭਾ ਦੀਆਂ ਸੀਟਾਂ ਔਰ ਉਸ ਤੋਂ ਇਲਾਵਾ ਅੰਮ੍ਰਿਤਸਰ 'ਚ 4 ਵਿਧਾਨ ਸਭਾ ਦੀਆਂ ਸੀਟਾਂ ਮਤਲਬ 25 ਚੋਂ 9 ਸੀਟਾਂ ਜਿਹੜੀਆਂ ਹੈ ਨਿਰੋਲ ਬੀਜੇਪੀ 23 ਜਿਹੜੀਆਂ ਲੜਦੀ ਸੀ ਅਕਾਲੀ ਦਲ ਨਾਲ ਸਮਝੌਤੇ 'ਤੇ ਲੜਦੀ ਰਹੀ ਹੈ ਹੁਣ 25 ਦੀਆਂ 25 ਸੀਟਾਂ ਲੜਨੀਆਂ ਕੀ ਤਿਆਰੀ ਹੈ ਜੀ ਕਾਂਗਰਸ ਦੀ ਤਿਆਰੀ ਉਹਨਾਂ ਨੇ ਦੱਸਤੀ ਅਕਾਲੀ ਦਲ ਨੇ ਆਪਣੀ ਤਿਆਰੀ ਦੱਸਤੀ ਬੀਜੇਪੀ ਦੀ ਕੀ ਤਿਆਰੀ ਚੰਨੀ ਸਾਹਿਬ ਦੇਖੋ ਜਿਹੜੀ ਸਾਡੀ ਹਾਈ ਕਮਾਂਡ ਹੈਗੀ ਹੈ ਕੱਲ੍ਹ ਵੀ ਦਿੱਲੀ ਮੀਟਿੰਗ ਹੋਈ ਹੈ ਔਰ ਇੱਥੇ ਵੀ ਲੋਕਲ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਔਰ ਸਾਰੀਆਂ ਜਿਹੜੀਆਂ ਤਿਆਰੀਆਂ ਬੂਥ ਲੈਵਲ ਤੱਕ ਜਿਹੜੇ ਔਰ ਮੰਡਲ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਸਾਰੇ ਜਿਹੜਾ ਹੈਗਾ ਸਿਸਟਮ ਔਰ ਜਦੋਂ ਇਹ ਕੋਵਿਡ ਦਾ ਟਾਈਮ ਆਇਆ ਉਹਦੇ ਵਿੱਚ ਮੈਂ ਕਹਿ ਸਕਦਾ ਹੈ ਕਿ ਹੋਰ ਕਿਸੇ ਪਾਰਟੀ ਨੇ ਸ਼ਾਇਦ ਕੰਮ ਕੀਤਾ ਕਿ ਨਹੀਂ ਕੀਤਾ ਪਰ ਬੀਜੇਪੀ ਨੇ ਆਪਣੀ ਨੀਤੀ ਦੇ ਮੁਤਾਬਕ ਜਿਹੜੇ ਤੁਹਾਡੇ ਇਕੱਲੇ ਇਕੱਲੇ ਬੰਦੇ ਨੂੰ ਵਟਸਐਪ ਗਰੁੱਪ ਰਾਹੀਂ
जोड़ के ओदी जिहड़ा नैटवर्क हैगा फिर उहदे नाल आउण वाला टाइम दसेगा पर उहदे मुताबक जिहड़ा हैगा इह अपना पूरा जोर हरेक पार्टी नूं लाउणा बणदा लाएगी और बीजेपी भी जिहड़ी हैगी है उह लाएगी। एक गल इहनां ने जरूर कही सी मैं उहदी आप ही निंदा करदा है कि कालो साहब दा जिहड़ा नवें होणगे शायद उहनां नूं अजे पूरा नहीं पता पर जिहड़ा भी कोई लीडर हैगा जिहड़ा किसानी का मुद्दा हैगा पंजाब वास्ते बड़ा इंपोर्टेंट है और पंजाब का साढ़े एग्री बेस्ड इकोनमी हैगी है असी उहदा भी हल चाहते हैं जल्दी हो जाए किसी तरीके दे नाल चाहे किवें भी होवे पर इदां दी जिहड़ी बयानबाजी हैगी है किसी नूं देखो अपनी मैरिट की गल करो अपनी तत्थां की गल करो अपनी जिहड़ा रीजन है उहदी गल करो मतलब एवें किसी बंदे नूं किसी वर्ग नूं किसी नूं चंगा माड़ा कह के मतलब आपकी गल करना वो कोई सहणक वाली गल नहीं हैगी। बाकी हरेक बंदे का अपना अपना नजरिया है अपना अपना वह दिमाग है अपनी अपनी सोच है पर उन्हों जी सू विसार जाके अपना जोड़े साड़ी कम्यूनल हारमनी है जो आर्थिकता हैगी है जो सा होर है सिस्टम हैगा उन्होंने जी सट किसी भी तरह ना नहीं मार चलिए सर मैं गल करना चाहता किसानी तुसी आप ही पॉइंट जरा गल की उसकी किसानी मसले का हल करे बिना कि बीजेपी चंगा परफॉर्म करने बारे सोच सकती है इन इलेक्शन या जिम्मे बीजेपी कह रही है कि किसानों के हक च या उन्होंने समझा लो कि होएगा जी चलिए साहब देखो ये काफ़ी चीज़ा ये आ गई ने काफ़ी कुछ तो जो हम बहुत ज़्यादा पोलिटिसाइज हो रहा है जिहड़ा कि मोर्चे वास्ते चंगा नहीं है और डिफरेंट पोलीटिकल पार्टी चाहे ऑनरेबल चीफ मिनिस्टर ने भी कहा कि 113 जगह पर इतने धरने लगे हुए ने तुसी दिल्ली जाओ हरियाणा जाओ मतलब किसानों दियां मंगां नाल संबंध होना चाहिए वो हरेक थान से सारे हिंदुस्तान जिते जी करता वो चाहन वो धरना लगा सकते हैं आपे कि भी साड़ी आर्थिकता तो ठीक रहे दूजे की खराब हो जाए हालांकि जे चलो मैं ज़्यादा कंपैरिजन च नहीं जाना चाहता पर उत्थे जिहड़ी हरियाणा दे विच बीजेपी गवर्नमेंट हैगी है वह कणक झोने तो बिना 10 होर क्रॉप्स से आपके कोलों एम एस पी दे रही है और जिनी डिवर्सीफिकेशन से 7000 रुपया पर एकड़ और पराली साड़न से और जिहड़ियां होर जिहड़ियां चीज़ां उत्साह थी मतलब मैं कंपैरिजन नहीं कर रहा पर यू कैन लर्न ए लॉट पर पता की है गल हैगी है कि पल्ले नहीं ढेला कर दी मेला मेला साढ़े को प्रॉब्लम हैगी कि साढ़े को रिसोर्स नहीं है असी फाइनैंस साढ़े बड़े इफेक्ट हुए हैं बड़े हूँ तो फिर गल लंबी हो जाती है जिन्हें जितों आने से उतों भी बंद हो गए चाहे शराब वाले से चाहे वह रेत वाले से चाहे कोई होर से सो असी सानू यह चाहिए ईवन नवजोत सिद्धू जी ने भी कहा कि जिहड़ियां साडियां देखो डिवर्सीफिकेशन बिना पंजाब का हल नहीं है असी पंजाब की जवानी खा ली पंजाब का पानी खा लिया और ये असी जिनी देर असं डिवर्सीफाई नहीं करेंगे वो कमर्शियल क्रॉप्स ने एतकर देखो जी बासमती है वह रेट बड़ा अच्छा मिल रहा है फिर जी थोड़ी नरमा है वह रेट अच्छा मिल रहा है जिहड़ियां दालां असं इनिया इंपोर्ट करते हैं तेल इन्ने असं इंपोर्ट करते हैं पंजाब की धरती हैगी असी अपनी धरती बचा सकते हैं पानी बचा सकते हैं डिवर्सीफाई कर सकते हैं और सरकार को चाहिए कि वह भी स्टेट गवर्नमेंट भी इनकरेज करे गवर्नमेंट ऑफ इंडिया तो बीजेपी का तो ना लेना ही मैं कहना जबान खराब करना जी बीजेपी का गल ही छोड़ो अकाली दल वाले कहते लिस्ट आ गई है जी ये लिस्ट केड़ी है जी जेडे पहला भी हारे हुए कैंडिडेट ने जो बिच दो एक दो जितते हुए कैंडिडेट ने जी नवापन की है अकाली दल अकाली दल की ठेका ले लिया कि अकाली दल जो पुराने एम एल ए उन्होंने बार बार मौका देना जो कांग्रेस के उही बंदे है जिम्मे प्रताप सिंह बाजवा साहब हम मुड़े हुए फिरते हैं अंदर इन्हों लालसा यही है कि असं किसी न किसी तरीके सीएम की कुर्सी तक पहुंचीए पर मैं एक गल कहनी चाहना कि अज जो किसानी मसला है जो किसानी मसले के उपर जो किसानों ने इतने मीटिंग बुलाई तो आम आदमी पार्टी ने कहा कि ठीक है जी अभी थोड़े नाल हाँ जो तुम कहने कि राजनीतिक प्रोग्राम नहीं करने असं नहीं करा अकाली दल तो कांग्रेस कहते अभी सोच के दसागे जी यदा मतलब ये है कि समथिंग रोंग बीजेपी तो जग जाहर ही है ना पूरे देश के दे बीजेपी किसानों के विरोधी है ये जी गलां ना टीवी डिबेट के बह के करनी है चन्नी साहब बड़े स्याणे बंदे ने मैं बीजेपी ना मेरे नफरत है अच्छे इंसान ने मैं उन्होंने कदर कर दिता
ਜਿੱਥੇ ਤੱਕ ਕਿਸੇ ਪਾਰਟੀ ਦਾ ਵਿਜ਼ਨ ਆ, ਜਿੱਥੇ ਤੱਕ ਪੰਜਾਬ ਨੂੰ ਲੈ ਕੇ ਵਿਜ਼ਨ ਆ, ਉਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਕੋਲੇ ਆ। ਔਰ ਮਾਝਾ ਜਿਹਦੇ ਉੱਪਰ ਅੱਜ ਡਿਬੇਟ ਹੋ ਰਹੀ ਹੈ, ਮਾਝਾ ਜਿਹੜਾ ਜਾਗ ਚੁੱਕਿਆ, ਮਾਝੇ ਨੂੰ ਪਤਾ ਕਿ ਮਾਝੇ ਦਾ ਜਰਨੈਲ ਜਿਹੜਾ ਨਾ ਜੀ ਉਹ ਠੁੱਸ ਹੋ ਚੁੱਕਿਆ ਬਿਕਰਮ ਸਿੰਘ ਜਿੱਠੀਆ, ਇਹੀ ਕਾਰਨ ਉਹਦੀ ਟਿਕਟ ਹਾਲ ਤੱਕ ਅਨਾਊਂਸ ਨਹੀਂ ਹੋਈ, ਘਰ ਦੇ ਵਿੱਚ ਝਗੜਾ ਪੈ ਰਿਹਾ। ਸੁਖਬੀਰ ਬਾਦਲ ਨੂੰ ਪਿੱਛੇ ਕਰਕੇ ਹਰਸਿਮਰਤ ਕੌਰ ਬਾਦਲ ਤੇ ਵਿਕਰਮ ਜੇਠੀ ਹੈ ਜਿਹੜਾ ਨਾ ਉਹ ਪ੍ਰਧਾਨਗੀ ਲੈਣੀ ਚਾਹੁੰਦੇ ਆ ਅਕਾਲੀ ਦਲ ਦੀ, ਤਾਂ ਕਿ ਕੁਰਸੀ ਤੇ ਅਸੀਂ ਜਾ ਕੇ ਬਹਿ ਸਕੀਏ ਮੁੱਖ ਮੰਤਰੀ ਦੀ। ਇਹ ਤਾਂ ਲੜਾਈ ਇਹਨਾਂ ਦੀ ਹੈ। ਔਰ ਸੇਮ ਜਿਹੜਾ ਗੋਸਾ ਜੀ ਤੁਹਾਡੇ ਕੋਲ ਆ ਰਹੇ ਹਾਂ, ਤੁਸੀਂ ਜਵਾਬ ਦੇ ਲਿਓ ਇਸ ਗੱਲ ਦਾ, ਹੈ ਨਾ। ਸੇਮ ਕਨਸੈਪਟ ਕਾਂਗਰਸ ਦੇ ਵਿੱਚ ਆ। ਨਵਜੋਤ ਸਿੰਘ ਸਿੱਧੂ ਕਹਿੰਦਾ ਵੀ ਮੈਂ ਮੁੱਖ ਮੰਤਰੀ ਬਣਨਾ, ਕੈਪਟਨ ਸਾਹਿਬ ਕਹਿੰਦੇ ਮੈਂ ਬਣਨਾ, ਬਾਜਵਾ ਸਾਹਿਬ ਆਪਦਾ ਕਰ ਰਹੇ ਆ ਜੀ। ਸੋ ਇਹ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਇਹ ਸਿਰਫ ਤੇ ਸਿਰਫ ਮੁੱਖ ਮੰਤਰੀ ਕਿਵੇਂ ਆਪਾਂ MLA ਬਣੀਏ ਇਹ ਉਸ ਰੇਸ ਦੇ ਵਿੱਚ ਨੇ। ਪੰਜਾਬ ਦੀ ਗੱਲ ਜਿਹੜੀ ਕਰਨ ਵਾਲੀ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਆ। ਮੈਂ ਆਪਣੀ ਗੱਲ ਮੁਕਾਉਣਾ, ਮਾਝਾ ਦੇ ਵਿੱਚ ਲੋਕ ਜਿਹੜੇ ਆ ਪਰਖਿਆਂ ਨੂੰ ਪਰਖਣਾ ਨਹੀਂ ਚਾਹੁੰਦੇ। ਕਾਂਗਰਸ ਨੂੰ ਪਰਖ ਲਿਆ, ਅਕਾਲੀ ਦਲ ਨੂੰ ਪਰਖ ਲਿਆ, ਪਰ ਹੁਣ ਮਾਝੇ ਦੇ ਲੋਕ ਆਮ ਆਦਮੀ ਪਾਰਟੀ ਤੇ ਭਰੋਸਾ ਕਰ ਰਹੇ ਆ। ਔਰ ਇਹ ਸਰਵੇ ਵੀ ਦੱਸ ਰਿਹਾ, ਔਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਲੋਕਾਂ ਦੀ ਪਹਿਲੀ ਪਸੰਦ ਬਣ ਕੇ ਪੰਜਾਬ ਦੇ ਵਿੱਚ ਸਾਹਮਣੇ ਆ ਗਈ। ਮਾਨ ਸਾਹਿਬ ਆ ਗਿਆ ਪੁਆਇੰਟ ਤੁਹਾਡਾ, ਸੰਧੂ ਸਾਹਿਬ ਤੁਹਾਡੇ ਕੋਲ ਆਵਾਂ, ਉਸ ਤੋਂ ਪਹਿਲਾਂ ਗੋਸ਼ਾ ਜੀ। ਗੋਸ਼ਾ ਜੀ ਬਿਕਰਮ ਸਿੰਘ ਮਜੀਠੀਆ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈਗੀ। ਬਿਕਰਮ ਸਿੰਘ ਮਜੀਠੀਆ ਮਾਝੇ ਦੇ ਜਰਨੈਲ ਹੈ, ਮਾਝੇ ਦੇ ਜਰਨੈਲ ਹੀ ਰਹਿਣਗੇ ਤੁਹਾਡੇ ਕੋਲੋਂ ਦੱਸਣ। ਮੈਨੂੰ ਦੇਖਦਾ ਮਾਫ਼ੀ ਤੁਸੀਂ ਮੰਗੀ ਸੀ, ਹੋਰ ਵੀ ਕਿਸੇ ਨੇ ਮੰਗੀ ਸੀ ਮਾਫ਼ੀ। ਹੁਣ ਸੰਜੇ ਸਿੰਘ ਵੀ ਆ ਰਹੇ ਹੈ, ਸੰਜੇ ਸਿੰਘ ਵੀ ਘਿਰ ਗਏ ਤੁਹਾਡੇ। ਵਾਰੰਟ ਇਸ਼ੂ ਹੋ ਗਿਆ ਸੰਜੇ ਸਿੰਘ ਜੀ ਨੂੰ। ਮੈਂ ਇਹ ਗੱਲ ਕਹਿਣਾ ਚਾਹੁੰਦਾ, ਕੋਈ ਗੱਲ ਨੀ ਸਰ, ਸੰਜੇ ਸਿੰਘ ਜੀ ਲੜ ਰਹੇ ਆ ਨਾ। ਹਮੇਸ਼ਾ ਤੁਸੀਂ ਉੱਚੀ ਬੋਲ ਕੇ ਰੋਲਾ ਪਾ ਕੇ ਆਪਣੇ ਡਿਬੇਟ ਨੂੰ ਦੂਜੇ ਪਾਸੇ ਲੈ ਜਾਣਾ ਚਾਹੁੰਦੇ ਹੋ। ਗੱਲ ਮੈਨੂੰ ਪੂਰੀ ਕਰ ਲੈਂਦੇ ਹੋ, ਪੜ੍ਹੇ ਲਿਖੇ ਬੰਦੇ ਹੋ ਤੁਸੀਂ ਮਾਨ ਸਾਹਿਬ, ਪੜ੍ਹੇ ਲਿਖੇ ਬੰਦੇ ਹੋ, ਤੇਰੇ ਪੜ੍ਹੇ ਲਿਖਿਆਂ ਨੂੰ ਸੁਣਨਾ ਵੀ ਸਿੱਖੋ। ਅਨਪੜ੍ਹ ਵਾਂਗੂ ਗੱਲ ਨਾ ਕਰੋ, ਗੱਲ ਸੁਣੋ ਮੇਰੀ। ਕੇਜਰੀਵਾਲ ਸਾਹਿਬ ਉਸੇ ਗੱਲ ਤੇ ਮਾਫ਼ੀ ਮੰਗੇ, ਸੰਜੇ ਸਿੰਘ ਲੜਦੇ ਪਏ, ਸੰਜੇ ਸਿੰਘ ਨੂੰ ਵਾਰੰਟ ਇਸ਼ੂ ਹੋ ਗਏ। ਇਹਦਾ ਮਤਲਬ ਦੋਨਾਂ ਦੀ ਆਪਣੇ ਆਪਸ ਚ ਨੀ ਪਤਾ, ਟਿਊਨਿੰਗ ਨੀ ਹੈ, ਫੇਰ ਵਿੱਚ ਬੋਲ ਰਿਹਾ ਜਦੋਂ ਕਮਜ਼ੋਰ ਤੁਹਾਡੀ ਜਦੋਂ ਕਮਜ਼ੋਰ ਕਮਜ਼ੋਰ ਜਿਹੜੀ ਫੜੀ ਜਾਂਦੀ ਹੈ ਤੁਸੀਂ ਭੜਕਦੇ ਕਿਉਂ। ਬਾਰ ਬਾਰ ਕਹਿ ਰਿਹਾ ਵੀ ਇਹਨਾਂ ਦੇ ਆਪੋ ਤਾਪੀ ਹੋ ਸਕਦੀ ਹੈ, ਸਾਡੇ ਜੇ ਕਲੀਅਰ ਕੱਟ ਹੈ, ਇਹਨਾਂ ਨੇ ਸ਼ਾਇਦ ਸੋਸ਼ਲ ਮੀਡੀਆ ਨਹੀਂ ਚੈੱਕ ਕਰਦੇ ਜਾਂ ਸਾਡੀ ਅਪਡੇਟ ਨਹੀਂ ਚੈੱਕ ਕਰਦੇ। ਸਰਦਾਰ ਬਿਕਰਮ ਸਿੰਘ ਮਜੀਠੀਆ ਸਾਹਿਬ ਵੀ ਆਪਣੇ ਤੌਰ ਤੇ ਲੱਗੇ ਹੋਏ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਲੱਗੇ ਹੋਏ। ਅਸੀਂ ਆਪਣਾ ਡਿਲੀਵਰ ਪਿਛਲੀ ਵਾਰੀ ਕੀਤਾ, ਅੱਗੋਂ ਵੀ ਡਿਲੀਵਰ ਕਰਾਂਗੇ। ਨਸ਼ੇ ਦੇ ਉੱਤੇ ਇਹਨਾਂ ਨੂੰ ਪਤਾ ਲੱਗ ਚੁੱਕਾ ਕਿ ਸਿਰਫ ਇੱਕ ਭੰਡੀ ਪ੍ਰਚਾਰ ਕਰਦੇ, ਪੰਜਾਬ ਨੂੰ ਬਦਨਾਮ ਕਰਦੇ ਆ। ਇੱਥੇ ਪੰਜਾਬ ਦੇ ਵਿੱਚ ਬਿਆਨ ਕਿਤੇ ਹੋਰ ਹੁੰਦਾ, ਦਿੱਲੀ 'ਚ ਬਿਆਨ ਇਹਨਾਂ ਦਾ ਹੁੰਦਾ, ਇਹਨਾਂ ਦਾ ਸ਼ੁਰੂ ਤੋਂ ਕੰਮ ਹੈ। ਮੈਨੂੰ ਉਹਨਾਂ ਦਾ ਕੋਈ ਨਹੀਂ, ਮੈਂ ਤਾਂ ਇੱਕ ਗੱਲ ਕਹਿਣੀ ਚਾਹੁੰਦਾ, ਦੇਖੋ ਪ੍ਰਤਾਪ ਬਾਜਵਾ ਦੀ ਜ਼ਰੂਰ ਗੱਲ ਕਹਿਣਾ, ਸਾਨੂੰ ਉਹਨਾਂ ਦਾ ਕੋਈ ਫਰਕ ਨਹੀਂ ਹੈ, ਅਸੀਂ ਮਾਝੇ ਦੇ ਲੋਕਾਂ ਦੇ ਨਾਲ ਹੈ, ਮਾਝੇ ਦੇ ਲੋਕ ਸਾਡੇ ਨਾਲ ਹੈ, ਅਸੀਂ ਡਿਲੀਵਰ ਕੀਤਾ, ਡਿਲੀਵਰ ਕਰਕੇ ਲੋਕਾਂ ਦੇ ਵਿੱਚ ਜਾਵਾਂਗੇ, ਅਸੀਂ ਕੰਮ ਦੱਸਾਂਗੇ। ਲੋਕਡਾਊਨ ਦੇ ਵਿੱਚ ਅੱਗੇ ਗੱਲ ਕਹਿਣੀ, ਜੇ ਚੰਨੀ ਸਾਹਿਬ ਨੇ ਕਿਹਾ ਵੀ ਬੀਜੇਪੀ ਦੇ ਲੋਕ ਬਹੁਤ ਨਿਕਲੇ, ਅਕਾਲੀ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਬਿਕਰਮ ਸਿੰਘ ਮਜੀਠੀਆ ਆਪ ਲੋਕਾਂ 'ਚ ਜਾਂਦੇ ਰਹੇ ਆ। ਤੁਹਾਡੇ ਤੇ ਕੋਈ ਲੀਡਰ ਇਹੋ ਜਿਹਾ ਨਹੀਂ ਜਿਹਦੇ ਇੱਕ ਵੀ ਫੋਟੋ ਦਿਖਾ ਦਿਓ, ਸਾਰੇ ਬੰਦੇ ਜਾਂਦੇ ਰਹੇ। ਸੰਧੂ ਸਾਹਿਬ ਲਾਸਟ ਪੁਆਇੰਟ, ਸਰਗਰਮੀ ਬਹੁਤ ਵਧੀਆ, ਕਾਂਗਰਸ ਸਭ ਤੋਂ ਐਕਟਿਵ ਦਿਖ ਰਹੀ ਹੈ, ਇੱਕਜੁੱਟ ਹੋ ਕੇ ਕਾਂਗਰਸ ਜਾਏਗੀ ਜੀ ਚੋਣ 'ਚ, ਸੰਧੂ ਸਾਹਿਬ? ਨਹੀਂ ਦੇਖੋ ਜੀ, ਮੈਂ ਚੁੱਪ ਕਰਕੇ ਬੈਠਾ ਰਹਾ, ਮੈਂ ਸਾਰਿਆਂ ਨੂੰ ਇੱਕ ਇੱਕ ਲਾਈਨ 'ਚ ਜਵਾਬ ਦੇਵਾਂਗਾ, ਸਿਰਫ ਇੱਕ ਲਾਈਨ, ਕਿਉਂਕਿ ਟਾਈਮ ਆਪਣੇ ਘੱਟ ਹੈ, ਇੱਕ ਮਿੰਟ 'ਚ। ਚੰਨੀ ਜੀ ਨੇ ਕਿਹਾ ਨਾ, ਸਾਡਾ ਇਹਨੇ ਡਿਬੇਟ ਕੀਤੀ ਤੇ ਇਹਨਾਂ ਨੇ ਕਿਹਾ ਵੀ ਅਸੀਂ ਕੋਵਿਡ 'ਚ ਬਹੁਤ ਕੰਮ ਕੀਤਾ। ਪਹਿਲੀ ਗੱਲ ਇਹਨਾਂ ਨੇ ਐਪਰੀਸ਼ੀਏਟ ਕੀਤਾ ਵੀ ਉਹ ਬੁਲਾਰਾ ਗਲਤ ਬੋਲਿਆ, ਮੈਂ ਇਹਨਾਂ ਦੀ ਐਪਰੀਸ਼ੀਏਸ਼ਨ ਕਰਦਾ। ਬੀਜੇਪੀ ਨੇ ਕੋਵਿਡ ਦੇ ਵਿੱਚ ਸਾਰੀ ਦੁਨੀਆ ਨੇ ਵੇਖਿਆ, ਵਰਲਡ ਦੀ ਮੈਗਜ਼ੀਨ ਦੇ ਉੱਪਰ ਫੋਟੋਆਂ ਗਈਆਂ, ਜਿਹੜੇ ਲੋਕ ਪੈਦਲ ਹਜ਼ਾਰ ਕਿਲੋਮੀਟਰ ਚੱਲ ਕੇ ਗਏ, ਇਹਨਾਂ ਨੇ ਕੋਵਿਡ 'ਚ ਇਹ ਕੰਮ ਕੀਤਾ ਸੀ। ਭਾਈ ਸਾਹਿਬ ਦੁਨੀਆ ਨੇ ਵੇਖਿਆ,
मुख्यमंत्री बनाओगे ये बनाओगे की बनाओगे इन्हों का जो केजरीवाल है ना वो कहता मेरा बस चले ना मैं हर एक स्टेट का आप मुख्यमंत्री बन जा हाल तक उन्हें मुख्यमंत्री अनाउंस नहीं किया आ जाएगा मान साहब माड़ा डिसिप्लिन जरूर सिखाओ जे डिबेट बिल्कुल जरूरी है मैं संतू साहब सहमत है शिष्टाचार का नहीं पता की बोलना देखो चन्नी जी सियाने बैठे ने गोशा जी सियाने बैठे ने ਇਹ ਦੇਵਮਾਨ ਜੀ ਨਜਾਇਜ਼ ਸਿਆਣਿਆਂ ਨੂੰ ਕੀ ਕਰਾਂਗੇ ਤੁਸੀਂ ਇਹ ਗੱਲ ਸਭ ਸਾਹਿਬ ਹੁਣ ਕਰ ਲਓ ਹੁਣ ਸਾਡੇ ਨਾਲ ਕੀ ਕਰਾਂਗੇ ਪੰਜਾਬ ਦੇ ਲੋਕ ਅਨਿਲ ਜੀ ਮੈਂ ਕਰਦਾ ਇਸ ਗੱਲ ਦੇ ਉੱਤੇ ਅਨਿਲ ਜੀ ਡਿਸਪਲਿਨ ਮਾਨ ਸਾਹਿਬ ਦਾ ਨਹੀਂ ਹੈਗਾ ਉਹ ਤੁਹਾਨੂੰ ਪੂਰਾ ਟਾਈਮ ਦੇਖੋ ਉਹ ਲੈਂਦੇ ਸੁਣਨ ਦਾ ਮਾਦਾ ਨਹੀਂ ਰੱਖਦੇ ਸੋਸ਼ਾ ਜੀ ਐਕਚੁਅਲੀ ਇਹਨਾਂ ਦੀ ਸੁਣਨ ਦਾ ਮਾਦਾ ਨਿਕਲ ਰਹੀ ਹੈ ਹੁਣ ਕਿਵੇਂ ਫਰਸਟ੍ਰੇਸ਼ਨ ਕਰ ਰਹੇ ਨੇ ਫਰਸਟ੍ਰੇਸ਼ਨ ਹੈ ਬਿਲਕੁਲ ਮੈਂ ਸਮਝਦਾ ਇਹਨਾਂ ਨੂੰ ਕੈਂਡੀਡੇਟ ਨਹੀਂ ਲੱਭ ਰਹੇ ਫਰਸਟ੍ਰੇਸ਼ਨ ਹੈ ਇਹਨਾਂ ਦਾ ਹਾਲ ਹੈ ਕਿ ਪਿਛਲੀ ਵਾਰੀ ਉਹਨਾਂ ਬਹੁਤ ਪੁਰਾਣਾ ਇਹਨਾਂ ਦਾ ਹਾਲ ਉਹਨਾਂ ਦਾ ਪੁਆਇੰਟ ਆ ਗਿਆ ਸਮਾਂ ਹੀ ਜਾਸ ਨਹੀਂ ਦੇ ਰਿਹਾ ਸਾਨੂੰ ਅੱਜ ਦੀ ਚਰਚਾ ਇੱਥੇ ਸਮਾਪਤ ਕਰਨੀ ਪਈ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ